ਆਹਾ ਓਏ ਕੀ ਹਾਲ ਹੈ? ਵਧੀਆ ਲੈ ਲਈ ਆਪਾਂ ਇਹ। ਅੱਛਾ ਹਾਂ, ਕਿਵੇਂ ਆ? ਵਧੀਆ। ਹਾਲਤ ਕਿਵੇਂ ਆ? ਹਾਲਤ ਠੀਕ ਆ, ਮੈਂ ਕਿਹੜਾ ਜਾਣਦਾ। ਵਧੀਆ ਵਧੀਆ, ਚੀਜ਼ ਬਣ ਗਈ। ਆ ਜਾ ਬਾਈ ਜਾ, ਇੱਧਰ ਵੀ ਆ ਜਾ। ਕਿੱਧਰ ਆ? ਹੈ ਦੀ ਆ ਜਾ, ਹੈ ਦੀ। ਤੁਰ ਕੇ ਆਉਣਾ ਮੈਂ? ਨਹੀਂ ਨਹੀਂ, ਤੁਰ ਕੇ ਕਾ ਬੈਠਾ ਵਾ, ਵਿੱਚੋਂ ਦੇਖ ਲਾ ਬਾਈ। ਆ ਜਾ, ਹੈ ਦੀ ਆ ਜਾ। ਕਿੰਨੇ ਦੀ ਪੈ ਗਈ ਇਹ? ਆ ਜਾ ਬਾਈ ਜਾ ਪਹਿਲਾਂ। ਆ ਗਿਆ ਪਤੂਰੀ, ਖੜਾ ਦੇ ਅੰਦਰ, ਪੋਚਾ ਗਿੱਲਾ ਹੈ। ਆ ਗਿਆ ਮੈਂ। ਤੂੰ ਤਾਂ ਬਾਹਲੀ ਟਾਈਮ ਲਾਇਆ ਨਾ, ਉੱਥੇ ਗੱਲਾਂ ਮਾਰੀਆਂ। ਕੀ ਮਾਂ, ਉਹ ਕਹਿੰਦਾ ਫੈਟ ਘੱਟ ਹੋਣ ਲੱਗ ਗਈ ਥੋਡੀ। ਕਿਆ ਫੈਟ ਘੱਟ ਘਟਣ ਲੱਗ ਗਈ? ਡੰਗਰਾਂ ਨੂੰ ਪਾਉਂਦੇ ਨਹੀਂ ਕੁਝ ਆਪਾਂ? ਉਹੀ ਖਲ ਪੈਂਦੀ ਆ, ਉਹੀ ਦਾਣਾ ਪੈਂਦਾ ਹੈ। ਪਹਿਲਾਂ 9-9 ਆ ਜਾਂਦੀ ਸੀ, 8:30, ਹੁਣ 6 ਤੇ ਆ ਗਈ। ਬੇਊਈ ਕਪੜਾ ਕਰਦਾ ਹੈ, ਉਹੀ ਕੁਝ ਪਾਉਨੇ ਆ। ਮੇਰੇ ਸਾਹਮਣੇ ਗੱਡੀ ਆਉਣੇ, ਉਹੀ ਦਾਣਾ ਪਾਉਨੇ ਆ, ਉਹੀ ਖਲ ਪਾਉਨੇ ਆ, ਉਹੀ ਸਾਂਭ ਸਮਾਈ ਕਰਦੇ ਆ। ਉਹ ਤੈਨੂੰ ਨਹੀਂ ਪਤਾ, ਉਹ ਬਹੁਤ 400 ਵੀ ਕਰਦਾ। ਮਾਂ ਥੋੜਾ ਹੋਰ ਪਾ ਦਿਆ ਕਰ, ਖਲ ਕੰਡਾ ਹੀ ਕੀ ਹੁੰਦਾਗਾ। ਪਤਾ ਕੀ ਹੈ, ਮਨ ਪੱਕਾ ਦਾਣਾ ਇਹ 10 ਦਿਨ ਨਹੀਂ ਚਲਾਉਂਦੀ, ਉਹਦੀ ਪਾ ਦਿੰਦੇ ਆ। ਲੈ ਚੰਗਾ, ਠੀਕ ਹੈ। ਸਾਫ ਸੁਖ ਹੋ ਗਿਆ? ਸਾਫ ਸੁਖ ਹੋ ਗਿਆ, ਉਹ ਕਹਿੰਦਾ ਬਸ 2 ਦਿਨਾਂ ਨੂੰ ਪੈਸੇ ਲੈ ਜਾਓ। ਅੱਛਾ, ਬਾ ਠੀਕ ਹੈ, ਕਹਿ ਸਾਨੂੰ ਲੋੜ ਹੈਗਾ ਜੀ ਪੈਸਿਆਂ ਦੀ। ਉਹ ਮਾਂ ਹੱਥ ਹਾਂ, ਮੈਨੂੰ ਗੱਲ ਦਾ ਪਤਾ ਲੱਗਿਆ। ਕਾਹਦਾ? ਆਪਣਾ ਹਰਨੇਕ ਆ, ਚਾਚਾ ਮੇਰਾ। ਹਾਂ, ਇਹ ਤਿਆਰ ਹੋ ਕੇ ਗਏ ਨੇ ਕੱਲ। ਕਿੱਥੇ ਗਏ ਨੇ ਵੀ? ਉੱਥੇ ਗਏ ਸੀ ਸਹੁਰੇ ਆਪਣੇ, ਸਿੰਮੂ ਦੇ। ਜਿਹੜੀ ਗੱਲ, ਸਿੰਮੂ ਦੇ ਸਹੁਰੇ ਗਏ ਤੇ? ਸਿੰਮੂ ਦੇ ਸਹੁਰੇ ਗਏ ਨੇ, ਇਕੱਠੇ ਹੋ ਕੇ, ਪਿਆਰਾ ਵੀ ਨਾਲ ਸੀ। ਅੱਛਾ, ਤਾਂ ਹੁਣ ਪਤਾ ਲੱਗਿਆ, ਫੋਨ ਆ ਗਿਆ ਸੀ ਮੈਨੂੰ ਪਿੰਡੋਂ, ਦੱਸਿਆ ਸੀ ਨਾ ਮੇਰਾ ਆੜੀ ਰਹਿੰਦਾ ਉੱਥੇ। ਹਾਂ ਹਾਂ, ਤੂੰ ਕਹਿੰਦੀ ਮੇਰੇ ਦੋਸਤ ਰਹਿੰਦੇ ਨੇ। ਉਹ ਕਹਿੰਦਾ, ਕਹਿੰਦਾ ਜਿਹੜੀ ਗੱਲ ਸੀ, ਕਹਿੰਦਾ ਡਰ ਸੀ ਉਹੀ ਹੋ ਗਈ। ਕਹਿੰਦਾ ਸੱਚੀ ਵਿਆਹ ਕਰਾ ਲਿਆ? ਸੱਚੀ ਵਿਆਹ ਕਰਾ ਲਿਆ। ਹਾਏ ਵੇ, ਬੇ ਮਿੰਟੂ ਕਿੰਨਾ ਮਾੜਾ ਹੋਇਆ ਹਨਾ। ਉਹ ਹਰੀ ਆ ਦੇਖ ਲਾ, ਉਹਨੇ ਜਮੀ ਨਹੀਂ ਭਾਫ ਕੱਢੀ, ਹੁਣ ਕਲੇਸ਼ ਪੈ ਰਿਹਾ ਦੀ ਫੁੱਲ। ਅੱਛਾ, ਲੇਰਾ ਮਾਰਦਾ ਦੀ ਚਾਚਾ ਤਾਂ, ਮੈਨੂੰ ਪਿੰਡ 'ਚੋਂ ਵੀ ਪਤਾ ਲੱਗਿਆ ਆਪਣੇ 'ਚ ਬਈ ਬਹੁਤ ਮਾੜਾ ਕੰਮ ਹੋਇਆ ਹਨਾ। ਮੈਨੂੰ ਪੁੱਛੀ ਜਾਂਦੇ ਨਹੀਂ, ਮੈਂ ਤਾਂ ਸੱਚ ਨਹੀਂ ਮੰਨਦੀ ਤੀ, ਮੈਂ ਖਿਆਲ ਲੋਕ ਊਈ ਕਹਿੰਦੇ ਹੋਣਗੇ। ਊਈ ਕੀ, ਮੈਂ ਤਾਂ ਉੱਥੇ, ਮੈਂ ਹੁਣ ਡੈਰੀ 'ਤੇ ਖੜਾ ਦੀ, ਉੱਥੇ ਮਿਲ ਗਿਆ। ਅੱਛਾ, ਸਿੰਮੂ ਦੇ ਸਹੁਰੇ ਗਏ ਤੇ? ਹਾਂ, ਇਕੱਠੇ ਹੋ ਕੇ ਪਿੰਡ ਵਾਲਾ ਕਹਿੰਦਾ, ਕਹਿੰਦਾ ਓਏ ਕੀ ਹੋ ਗਿਆ ਤੇਰੇ ਚਾਚੇ ਨੂੰ? ਮਹਾਂ ਕਿਹਨੂੰ? ਕਹਿੰਦਾ ਹਰਨੇਕ ਨੂੰ। ਮਹਾਂ ਕਦੋਂ? ਕਹਿੰਦਾ ਤਾਂ ਹੀ ਉਹਦੇ ਚੀਕਾਂ ਹੀ ਆ ਵੀ ਮਹੀਨੇ ਦੇ ਇਹਨਾਂ ਦੇ ਘਰੇ। ਕਹਿੰਦਾ ਲੇਰਾਂ ਮਾਰਦਾ ਜੀ। ਮਹਾਂ ਬਾਈ ਪਤਾ ਨਹੀਂ ਆਪਾਂ ਨੂੰ, ਹੁਣ ਆਪਾਂ ਕਾਹਨੂੰ ਕਿਸੇ ਨੂੰ ਕਹੀਏ ਹੈ ਨਾ, ਫਿਰ ਵੀ ਇੱਜ਼ਤ ਆਪਣੀ ਵੀ ਹੈਗੀ ਆ। ਸਹੀ ਗੱਲ ਹੈ ਨਾ ਭਾਈ, ਹੋਇਆ ਤਾਂ ਮਿੰਟੂ ਇੱਕ ਗੱਲੋਂ ਤਾਂ ਦੇਖ, ਹੋਇਆ ਮਾੜਾ, ਇੱਕ ਗੱਲ ਹੋਇਆ ਵਧੀਆ। ਇਹ ਤੇਰੇ ਵਾਲਾ ਚਾਚਾ ਚੰਬਲਿਆ ਫਿਰਦਾ ਸੀ, ਦੇਖ ਲੈ ਵਿਆਹ ਵੇਲੇ ਆਪਣੇ ਕਿਸੇ ਬਾਰ ਚ ਢੋਲ ਵਜਾ ਵਜਾ ਜਾਂਦੇ। ਐ ਨੀ ਕਰਨਾ ਚਾਹੀਦਾ, ਪਰਮਾਤਮਾ ਥੱਲੇ ਵਸਣਾ ਚਾਹੀਦਾ ਹੈ ਨਾ। ਰੱਬ ਨੂੰ ਟੱਬ ਦੱਸਦਾ ਸੀ, ਹੁਣ ਲੱਗੂਗਾ ਪਤਾ। ਨਾਲ ਤਾਂ ਘਰ ਲੱਗ ਗਿਆ, ਨਾਲੇ ਕਰਜ਼ਾ ਚੜ ਗਿਆ, ਨਾਲੇ ਨੂੰਹ ਨੀ ਰਹੀ। ਕੋਈ ਨਾ, ਫਿਰ ਕੰਮ ਦਾ ਸਰੀਕ ਹੀ ਆਉਣੇ ਨੇ ਮਾਂ। ਹੁਣ ਆਇਆ ਗੁਰੂ, ਦੇਖੀ ਮੈਨੂੰ ਪੁੱਤ ਪੁੱਤ ਕਰਿਆ ਗੁਰੂ, ਮਿੰਟੂ ਪੁੱਤ ਚੱਲੀ ਮੇਰੇ ਨਾਲ, ਹੋਰਾਂ ਨਾ ਮੂੰਹ ਲਾਈ। ਮੈਂ ਤਾਂ ਆਪਣਾ ਕੀ ਲੱਗਦਾ, ਜਦੋਂ ਵਿਆਹ ਵੇਲੇ ਤਾਂ ਆਪਣੀ ਜਤ ਨਹੀਂ ਪੁੱਛੀ ਆਪਾਂ ਨੂੰ, ਪਹਿਲਾਂ ਤਾਂ ਬੁਲਾ ਲਿਆ, ਨਾਲੇ ਘਰੇ ਬੁਲਾ ਕੇ ਬੇਇੱਜ਼ਤੀ ਕਰੀ, ਫਿਰ ਆਪਣਾ ਹੁਣ ਇਹ ਕੀ ਲੱਗਦਾ? ਹੋਰ ਤਾਂ ਹੋਰ ਮਾਂ, ਸਾਰੇ ਪਿੰਡ ਨੂੰ ਪਤਾ। ਹਾਏ ਵੇ, ਮੈਂ ਤਾਂ ਇਹਨਾਂ ਨਾਲ ਕੰਜਰਾ ਨਾਲ ਆਪਣੀ ਵੀ ਬਦਨਾਮੀ ਹੋ ਗਈ। ਮੈਂ ਤਾਂ ਮੂੰਹ ਜਿਹਾ ਜੀ ਗੱਲ ਜੀ ਟਾਲੀ, ਮਾਂ ਯਾਰ ਮੈਂ ਤਾਂ ਹੈ ਨਹੀਂ ਦੀ ਗਵਰੇ। ਅੱਛਾ, ਕਹਿੰਦਾ ਹੈ ਕਿਉਂ ਨਹੀਂ? ਫਿਰ ਮੇਰੀ ਸੁਣ ਲੈ ਗੱਲ, ਤੂੰ ਕਹਿੰਦਾ ਸੀ ਨਾ, ਕਹਿੰਦਾ ਪਿਆਰਾ, ਕਹਿੰਦਾ ਉਹ ਕੁੜੀ ਦਾ ਰਿਸ਼ਤਾ ਕਰਦੀ, ਇਹ ਵੀ ਪਿਆਰੇ ਨੇ ਕਰਾਇਆ ਸੀ, ਆਹ ਬਣਾ ਲੈ ਹੱਥ ਪੁੱਤ, ਆਪਾਂ ਨਹੀਂ ਉਹ ਕੁੜੀ ਦਾ ਰਿਸ਼ਤਾ ਲੈਂਦੇ। ਅੱਜ ਅੱਜ ਉਹਨੇ ਬਦਨਾਮੀ ਕਰਾਤੀ, ਸਵੇਰੇ ਜਿਹੜੀ ਆਪਾਂ ਵਿਆਹਾਂਗੇ ਉਹ ਬਦਨਾਮੀ ਕਰਾ ਦੂਗੀ। ਮੈਨੂੰ ਸਮਝ ਆਇਆ ਸੀ ਵੀ ਹਜੇ ਖੜ ਜਾ। ਹਾਂ, ਮੈਂ ਹੁਣ ਤਾਂ ਚਾਚੇ ਨੂੰ ਉਹਦੀ ਫੋਨ ਮਾਰਤਾ, ਬਸ ਠੀਕ ਹੈ, ਸਾਨੂੰ ਭਾਈ ਦੇ ਦੇ ਜਵਾਬ। ਨਾ ਪੁੱਤ, ਹੁਣ ਤਾਂ ਆਪਾਂ, ਮੇਰਾ ਤਾਂ ਮਾਮਾ ਕਰਾਉ, ਹੁਣ ਤਾਂ ਆਪਾਂ ਨੂੰ ਜਮਾ ਚਾਨਣ ਹੋ ਗਿਆ, ਹੁਣ ਤਾਂ ਆਪਾਂ 1-2 ਲੱਖ ਤੱਕ ਪਿਆਰੇ ਦੇ ਹੱਥੋਂ ਰਿਸ਼ਤਾ ਨਹੀਂ ਲੈਂਦੇ, ਜਮਾ ਹੀ ਨਹੀਂ ਲੈਂਦੇ। ਠੀਕ ਹੈ, ਆਪੇ ਤੇਰੇ ਮਾਮੇ ਨੂੰ ਫੋਨ ਕਰੂੰਗੀ ਮੈਂ ਅੱਜ, ਤੇ ਉਹ ਬ੍ਰਿਟੀ ਹੁੰਦਾ, ਆਪੀ ਤੈਨੂੰ ਰਿਸ਼ਤਾ ਕਰਵਾ ਦੂਗਾ, ਕੁੜੀਆਂ ਦਾ ਤੈਨੂੰ ਕੋਈ ਘਾਟਾ ਨਹੀਂ ਹੈਗਾ। ਕੋਈ ਨਹੀਂ ਮਾਂ, ਤੂੰ ਚਾਹ ਬਣਾ ਤਾਂ ਮੈਂ ਲਾਉਣਾ। ਬੇ ਮੈਂ ਲਾ ਦਿੰਦੀ ਹਾਂ, ਮਹਾਂ ਲੈ, ਕੋਈ ਨਹੀਂ, ਤੂੰ ਚਾਹ ਬਣਾ। ਚੰਗਾ, ਮੈਂ ਬਣਾਉਣਾ। ਚੱਲ ਠੀਕ ਹੈ, ਸਾਰੇ ਕਿਤੇ ਮੈਂ ਲਾ ਦੇ। ਚੰਗਾ, ਸੁੱਕਾ ਹੈ, ਸੁੱਕਾ ਨਾ ਲਾਈ, ਬੜਾ ਗਿੱਲਾ ਨਾ ਲਾਈ। ਠੀਕ ਆ ਮਾਂ। ਓ ਮੁੰਡਿਆ, ਓਏ ਆ ਬਾਪੇ,
ਰੋਟੀ ਖਾ ਲਾ, ਰੋਟੀ ਬਣੀ ਪਈ ਆ, ਭੁੱਖ ਨਹੀਂ ਹੈਗੀ ਬਾਬੇ, ਹੈ ਭੁੱਖ ਨਹੀਂ ਹੈਗੀ ਉਹਨੂੰ, ਤਾਂ ਰਾਤ ਵੀ ਨਹੀਂ ਖਾਧੀ, ਮੈਂ ਚਿੱਤ ਜਾ ਨਹੀਂ ਠੀਕ ਹੈਗਾ ਬਾਬੇ, ਉਹ ਚਿੱਤ ਨੂੰ ਕੀ ਹੋਇਆ ਤੂੰ ਖਾਇਆ ਜਾ ਕੇ ਐਵੇਂ ਭੁੱਖਾ ਮਰੀ ਜਾਂਦਾ, ਖਾਇਆ ਮੇਰਾ ਵੀਰਾ, ਇੱਥੇ ਬਿਮਾਰ ਹੋ ਗਿਆ ਕੌਣ ਚੱਕੂ, ਉਹ ਦੇਖ ਲਾ ਮਿਸਤਰੀਆਂ ਦਾ, ਉਹਦੀ ਬਹੂ ਦੀਆਂ ਪੱਛੜੀਆਂ ਉਤਰੀਆਂ ਪਈਆਂ ਨੇ, ਆਪ ਬਿਮਾਰ ਹੋ ਰਿਹਾ ਬਲਦੇਵ, ਹੈਂ ਰਾਤ ਮੁੰਡੇ ਨੇ ਭਾਂਡੇ ਮਾਂਜੇ ਨੇ ਵੱਡੇ ਨੇ, ਖਾ ਲਾ ਇੱਥੇ ਬਿਮਾਰ ਹੋ ਗਿਆ ਪਤਾ, ਫਿਰ ਦੋ ਜਣੇ ਉਹਨਾਂ ਦਾ ਫਿਰ ਮੁੰਡਾ, ਨਾਲੇ ਮੈਨੂੰ ਅੱਜ ਜੁੱਤੀ ਦਵਾ ਕੇ ਲਈ ਆ ਤੇਰੇ ਵਾਲੇ ਜੋੜੇ ਪਾਈ ਫਿਰਦਾ, ਨਾ ਮੈਨੂੰ ਫੀਤਾ ਬੰਨਣ ਆਉਂਦਾ, ਇਹ ਹੋ ਗਏ ਲੈ ਹੋਰ ਖਾਇਆ ਪੁੱਤ, ਬੰਨ ਲਾ ਮੇਰੀ, ਨਹੀਂ ਖਾਣੀ ਭਾਪੇ ਮੈਨੇ, ਇਹਦਾ ਜਿਹੜਾ ਹੋਣਾ ਤੀ ਹੋ ਗਿਆ, ਤੂੰ ਐ ਸ਼ੁਕਰ ਮਨਾ ਵਾਹਿਗੁਰੂ ਦਾ ਵੀ ਚੰਗਾ ਹੋ ਗਿਆ, ਇੱਕ ਰਸਤਾ ਬੰਦ ਹੁੰਦਾ ਸੌ ਖੁੱਲਦਾ, ਹੈ ਜੇ ਆਪਣੇ ਘਰੇ ਆ ਜਾਂਦੀ ਕੁਝ ਚੱਕ ਕੇ ਲੈ ਜਾਂਦੀ, ਹੋਰ ਇੱਥੇ ਮੂੰਹ ਕਾਲਾ ਕਰਵਾਉਂਦੀ, ਇੱਕ ਵੜਦਾ ਇੱਕ ਨਿਕਲਦਾ, ਉਹ ਤਾਂ ਨਹੀਂ ਰਿਹਾ, ਉਹਦੇ ਨਾਲ ਤਾਂ ਵਧੀਆ ਹੋ ਗਿਆ, ਪਰਾਂ ਸੁੱਟ ਗਿਆ ਖਹਿੜਾ, ਜਾ ਕੇ ਪਤੀ ਨਹੀਂ ਲੱਗਿਆ ਕਿੱਥੇ ਵੱਗ ਗਈ, ਜਾਂ ਆਪਣਾ ਥੋੜ੍ਹੀ ਕਸੂਰ ਆ, ਐ ਨਾ ਗੱਲ ਮੱਲਾ ਖੜਾ ਹੋ, ਚੱਲ ਹੋਰ ਬਾਬੇ ਮੇਰਾ ਚਿੱਤ ਜਿਹਾ ਹੀ ਠੀਕ ਹੈਗਾ, ਪੁੱਤ ਤੇਰੇ ਵਿੱਚ ਦੀ ਮੈਂ ਦੀ ਨਾ ਹੋਏ, ਹੋਰ ਤੇਥੋਂ ਬਿਨਾਂ ਮੇਰਾ ਕੌਣ ਆ, ਮੇਰੀ ਗੱਲ ਸੁਣ, ਜਾ ਕੇ ਰੋਟੀ ਖਾ ਲਾ, ਹੁਣੇ ਆਪਾਂ ਥੋੜ੍ਹੀ ਕਰਿਆ, ਇਹਦਾ ਮੇਰਾ ਸਾਲਾ ਪਿਆਰਾ ਤੀ ਹੁਣੇ ਨਹੀਂ ਦੱਸਿਆ ਵੀ ਇਹੀ ਜਿਹੀ ਆ ਕੁੜੀ, ਇਹ ਜਿਹੜੀਆਂ ਚਾਲਕ ਜਨਾਨੀਆਂ ਹੁੰਦੀਆਂ ਨੇ ਇਹ ਕਰਦੀਆਂ ਹੁੰਦੀਆਂ ਨੇ, ਹੈਂ ਤਿੰਨ ਕੇਸ ਨੇ ਮੇਰੀ ਨਿਗਾਹ 'ਚ, ਗੁੱਜਰਾਂ ਨੂੰ ਆ ਮੁੰਡਾ, ਹੈਂ ਉਹਦੀ ਕਿਤੇ ਗੱਲਬਾਤ ਆ ਬਾਹਰੇ, ਕਿਸ਼ਤੀਆਂ ਰਾਹੀਂ ਸਮਾਨ ਜਾਂਦਾ, ਕਿਤੇ ਬਲੈਣ ਭੇਜ ਦਿੰਦਾ, ਕਿਤੇ ਸੈਂਡਲ ਭੇਜ ਦਿੰਦਾ, ਹੈਂ ਇਹਦਾ ਖਾਂਦੀਆਂ ਨੇ ਪੁੱਤ ਘਰ, ਇਹਦਾ ਕੋਈ ਆਉਂਦੀ ਆ ਵਿਚਾਰੀ ਉਹ ਵਸਾਉਂਦੀ ਆ ਘਰ, ਹੈਂ ਹੁਣ ਐਂ ਕਿਹਦੇ ਮੱਥੇ 'ਤੇ ਲਿਖਿਆ ਵੀ ਕਿਹੜੀ ਵਸਾਊ ਕਿਹੜੀ ਭੱਜੂ, ਤੇਰੇ ਵਾਲੀ ਭਾਈ ਚਾਲਕ ਤੀ ਭੱਜ ਗਈ, ਹੈਂ ਉਹ ਭੋਲੇ ਦਾ ਮੁੰਡਾ 5 ਲੱਖ ਨੂੰ ਰੋਈ ਜਾਂਦਾ ਘਰੇ, ਕਹਿੰਦਾ 5 ਲੱਖ ਦਿਓ, ਕਹਿੰਦਾ ਬਾਰੇ ਭੇਜਣੀ ਆ ਕੁੜੀ, ਹੁਣ ਐਂ ਕਿਤੇ ਵਿਸ਼ਵਾਸ ਕਰਨ, ਕੱਲ੍ਹ ਆਇਆ ਤੀ ਫੋਨ ਮੈਨੂੰ ਮੰਗਦਾ ਤੀ, ਕਹਿੰਦਾ ਪੈਸੇ, ਮਹਾਂ ਭਾਈ ਸਾਡੇ ਤਾਪ ਲਾਗਤ ਹੋ ਗਈ, ਮਹਾਂ ਭੱਜ ਗਈ ਸਾਡੇ ਵਾਲੀ ਵੀ, ਹੈਂ ਹੁਣ ਬੰਦੇ ਪੁੱਛਦੇ ਨੇ ਵੀ ਕੀ ਹੋ ਗਿਆ, ਮੈਂ ਤਾਂ ਟਾਲ ਦਿੰਦਾ ਵੀ ਆਪਦੀ ਮਾਮੀ ਲਵੇ ਗਈ ਹੋਈ ਆ ਹਜੇ ਪੜ੍ਹਨ ਗਈ ਹੋਈ ਆ, ਐਂ ਹੁਣ ਪੈ ਕੇ ਥੋੜ੍ਹੀ ਸਰੂ, ਤੇਰੀ ਮਾਂ ਤੀ ਉਹ ਵੀ ਵਗੀ ਗਈ ਤੀ, ਆਪਣੇ ਤਾਂ ਕਰਮਾਂ 'ਚ ਸੁੱਖ ਹੈ ਨਹੀਂ, ਪੁੱਤ ਤਾਂ ਆਪ ਹੀ ਮਾਂਜ ਕੇ ਭਾਂਡੇ ਆਪ ਹੀ ਖਾਣੀ ਪਊ ਆਪਾਂ ਨੂੰ, ਕੋਈ ਨਾ ਕੋਈ ਹੋਰ ਕਰਾਂਗੇ ਟਾ ਭੰਨ, ਉੱਠ ਜਾ ਬਾਬਾ, ਮੈਂ ਮਨ ਨਹੀਂ ਹੈਗਾ ਕਾਹਨੂੰ, ਤੂੰ ਖਾ ਲਾ ਆਉਂਦੀ ਜੇ ਖਾਣੀ ਆ, ਆਹ ਤੁਹਾਡਾ ਦੋਸਤ ਹੈਗਾ ਲੌਂਗੋਵਾਲ ਵਾਲਾ, ਭੈਣ ਦੀ ਮਰਾ ਗਿਆ, ਉਹਦੇ ਟੈਨਸ਼ਨ ਪਈ ਪਈ ਆ, ਉਹਦੇ ਭਾਪੇ ਦਾ ਫੋਨ ਆਇਆ ਤੀ, ਉਹ ਕੁੜੀ ਨੇ ਮਗਰ ਲਾ ਰੱਖਿਆ, ਪੈਸੇ ਪਵਾ ਲਏ ਉਹਦੇ 40,000 ਰੁਪਈਆ, ਹੁਣ ਫੋਨ ਨਹੀਂ ਚੱਕਦੀ, ਇੱਕ ਦਿਨ ਫੋਨ ਕਰਿਆ ਤੀ, ਕਹਿੰਦੀ ਮੈਂ ਦਿੱਲੀ ਹਾਂ, ਰਾਤ ਨੂੰ 12 ਵਜੇ ਪਏ, ਵੀ ਤੂੰ ਦਿੱਲੀ ਕੀ ਕਰਦੀ ਆ, ਪਤਾ ਨਹੀਂ ਕਿਹੜੀ ਗੋਲਵੋ ਬੱਸ ਭਰੀ ਜਾਵੇ, ਕਹਿੰਦਾ ਗੋਲਵੋ ਬੱਸ ਚੰਡੀਗੜ੍ਹ ਸੇ ਦਿੱਲੀ ਜਾਤੀ ਹੈ, ਮੈਂ ਪਿਸ਼ਾਬ ਕਰਨ ਉੱਠਿਆ ਉੱਤੇ ਪਿਆ ਤੀ ਉਹਨਾਂ ਦੇ, ਮੈਂ ਕੀ ਕਰਦਾ ਉਹ, ਇਹਦਾ ਹੁਣ ਰਿਹਾ ਨਹੀਂ ਤਬਾਰ ਮੁੰਡੇ ਕੁੜੀਆਂ ਦਾ, ਇਹ ਤਾਂ ਮੇਰੇ ਸਾਰੇ ਖਾਂਦੇ ਕਿਤੇ ਹੋਰ ਨੇ, ਜਾਂਦੇ ਕਿਤੇ ਹੋਰ ਨੇ, ਸਿਆਣਾ ਬਣੀਦਾ ਹੁੰਦਾ, ਇਹ ਤਾਂ ਕੋਈ ਚੰਗੇ ਘਰ ਦੀ ਆ ਜੇ ਉਹਦੇ ਵਰਗੀ ਰੀਸ ਨਹੀਂ, ਅੱਜ ਕੱਲ੍ਹ ਹਿੱਲ ਗਿਆ ਢਾਂਚਾ,
ਜਿਹਨੇ ਆਹ ਪ੍ਰੈਸ ਜੀ ਲਵਾਈ ਵਾਲਾਂ ਤੇ, ਤੇਰੇ ਆਈ ਤੇ ਲੱਗੀ ਹੋਈ ਦੀ ਪ੍ਰੈਸ ਜੀ, ਉਹ ਤਾਂ ਇਹ ਸਮਝੋ ਵੀ ਦਿੰਦੇ ਨੀ ਰੋਟੀ ਜਿਹਦੇ ਪ੍ਰੈਸ ਜੀ ਲੱਗ ਗਈ ਵਾਲਾਂ ਤੇ ਕੇਰਾ, ਤੇਰੀ ਆਈ ਲੱਗਦੀ ਤਾਂ ਮੈਨੂੰ ਝਲਕਦੀ, ਉਦੋਂ ਮੈਂ ਕੁਛ ਬੋਲਿਆ ਨੀ, ਮੈਂ ਚੱਲ ਓਏ ਕੋਈ ਨਾ ਹਰਨੇ ਕੁ ਸੁਧਰ ਜੂ, ਪਰ ਪਾਪਾ ਤੂੰ ਐਂ ਦੱਸ ਮੈਨੇ ਕਵੀ ਕਿੱਥੇ ਛੱਡੀ ਸੀ, ਹਰੇਕ ਗੱਲ ਮੰਨਦਾ ਸੀ ਪੁੱਤ, ਐਵੇਂ ਨਹੀਂ ਹੁੰਦਾ, ਇਹ ਜਦੋਂ ਵਾਹਿਗੁਰੂ ਦਾ ਲਿਖਿਆ ਹੁੰਦਾ ਇਹ ਉਹੀ ਬਣਨਾ ਹੁੰਦਾ, ਵਧੀਆ ਤੇਰੇ ਨਾਲ ਵਧੀਆ ਉਹਦੀ ਰਾਸੀ ਨਹੀਂ ਭਿੜੀ, ਪਹਿਲੀ ਖੈੜਾ ਛੁੱਟ ਗਿਆ, ਖਬਰ ਇੱਥੇ ਮੇਰੇ ਸਾਰੇ ਦਾ ਕਿਹਦਾ ਮੂੰਹ ਕਾਲਾ ਹੁੰਦਾ, ਹੈ ਖਬਰ ਹੈ ਕਿਹਦਾ ਮੂੰਹ ਕਾਲਾ ਕਰਾਉਂਦੀ, ਉਹ ਵਧੀਆ ਹੋ ਗਿਆ ਭੁਗਤੂ, ਚਾਹੀ ਜੀ ਫੱਕਰਾਂ ਨਾਲ ਕਰੀਆ ਭੁਗਤੂ, ਜਿਹੜਾ ਆਪਣਾ 2-3 ਲੱਖ 'ਚ ਖੜਾ ਛੁੱਟ ਗਿਆ ਹੈ ਬਾਬਾ, ਸਹੀ ਹੋ ਗਿਆ ਵਧੀਆ ਹੋ ਗਿਆ, ਖਬਰ ਆ ਭੈਣ ਦੇ ਯਾਰ ਦਾ 18 ਲੱਖ ਰੁਪਈਆ ਲੱਗਦਾ, ਕਿਤੇ ਤੇਰਾ ਕਤਲ ਕਰਾ ਦਿੰਦੀ ਪੁੱਤ ਬੰਦੇ ਬੁਲਾ ਕੇ, ਫੇਰ ਕੀ ਕਰਦੇ ਆਪਾਂ, ਆ ਜਾ ਖਾਨੇ ਦੋ ਦੋ ਆ ਜਾ ਬਾਪੇ, ਕੋਈ ਨੀ ਮੈਂ ਭੁੱਖੂ, ਆ ਜਾ ਜੋੜੇ ਤੋਂ ਬਾਕੀ ਲਈ ਨਾਲੇ ਮੈਨੂੰ, ਆ ਜਾ ਮਿੰਟੂ ਨੂੰ ਲੈ ਜਾ ਤੂੰ, ਮਿੰਟੂ ਕਿਹੜਾ ਜਾਊ, ਮਿੰਟੂ ਕਿਤੇ ਤਾੜੀਆਂ ਪਾਉਂਦੇ ਨੇ ਵੀ ਵਧੀਆ ਹੋ ਗਿਆ, ਨਾ ਮੈਨੂੰ ਮਾਰ ਮਰਿਆ ਸੜਿਆ ਨਾ ਮਾਰ, ਆ ਜਾ ਉੱਠ ਤੂੰ ਬਾ ਗਿਆ ਬਾਪੇ, ਕੋਈ ਨਾ ਯਾਰ ਰੋਟੀ ਖਾ, ਆ ਜਾ ਕੋਈ ਨੀ ਖਾ ਲੈਣਾ ਮੈਂ, ਆ ਜਾ ਖੜਾ ਹੁੰਦਾ ਨੀ ਫਿਰ, ਚੱਲ ਜਾ ਖਾ ਕੇ ਉੱਥੇ ਪਈਆਂ ਦੇ ਵਿੱਚ, ਪਾ ਲਾ ਜੋੜੇ ਪਾ ਲਾ, ਕਿਧਰੇ ਵੀ ਕੁਛ ਹੋਇਆ, ਵਧੀਆ ਹੋ ਗਿਆ ਤਾਂ ਵਧੀਆ ਹੋ ਗਿਆ, ਰਲ ਗਈ ਦੁੱਧਾਂ ਇਹ, ਆ ਰਲ ਗਈ ਪਿਆਰਾ ਦੁੱਧ, ਹਾਂ ਪਹਿਲਾਂ ਤਾਂ ਮਾਰ ਕੀਤੀ ਦਾਬਾ ਜਾ, ਹੈ ਚਾਹ ਪੀਏਗਾ, ਚਾਹ ਤਾਂ ਕੋਈ ਨਾ ਪੀ ਕੀ ਆਈ ਤੀ, ਚਾਹ ਤਾਂ ਮੈਂ ਤੇਰੇ ਵਾਲੀ ਭਰਜਾਈ ਵੀ ਮੱਥਾ ਟੇਕਣ ਗਈ ਹੋਈ ਆ ਭਰਜਾਈ ਤੇਰੇ ਵਾਲੀ, ਅੱਛਾ ਚੱਲ ਵਧੀਆ ਵਧੀਆ, ਹੋਰ ਠੀਕ ਰਹਿਣਾ, ਬਸ ਠੀਕ ਆ ਪਿਆਰਾ, ਟਾਈਮ ਲੰਘੀ ਜਾਂਦਾ ਜਿਹੜਾ, ਨਾ ਠੀਕ ਆ ਵਧੀਆ, ਚਲ ਟਾਈਮ ਹੀ ਹੈ, ਅੰਦਰ ਵੜ ਕੇ ਟਾਈਮ ਕੱਢਦੇ ਆ ਭਾਈ ਹੁਣ ਤਾਂ, ਉਹ ਕੋਈ ਨਾ ਚਲ ਹੁਣ ਫਿਰ ਕਰ ਵੀ ਕੀ ਸਕਦੇ ਆ, ਹੈ ਕੋਈ ਤਾਂ ਗੱਲ ਨਾ, ਜਦੋਂ ਕੋਈ ਰਹੀ ਨਹੀਂ ਸਾਲਾ ਹੀਲਾ ਵਸੀਲਾ ਫਿਰ ਕੀ ਕਰੇ ਬੰਦਾ, ਹੈ ਕੋਈ ਨਾ ਕੋਈ ਨਾ, ਅਰੇ ਮੈਂ ਤਾਂ ਇਹ ਕਿਤੇ ਮੇਰੀ ਕੁੜੀ ਕੁਮਾਰੀ ਨਾ ਹੁੰਦੀ ਨਾ ਦੂਜੀ, ਮੈਂ ਹੁਣ ਨੂੰ ਮਰ ਜਾਣਾ ਦੀ, ਉਹ ਚਲ ਕਾਣੂ ਜਾਣਾ ਦੀ, ਕਾਣੂ ਇਹ ਜੀਆਂ ਸੋਚਾਂ ਸੋਚ, ਪਿੱਛੇ ਸੋਚ ਜਾਂਦਾ, ਪਿੱਛੇ ਸੋਚ ਕੇ ਬੰਦਾ ਮਰ ਜਾਂਦਾ, ਮੈਂ ਹੀ ਜਾਣਦਾ ਮੈਂ ਲੋਕਾਂ ਨਾਲ ਕਿਵੇਂ ਨਜ਼ਰਾਂ ਮਿਲਾਉਣਾ, ਓਏ ਡੰਗਰਾਂ ਵਿੱਚ ਦੀ ਸ਼ਰੀਕ ਡੰਗਰਾਂ ਵਿੱਚ ਦੀ ਬੋਲਦੇ ਨੇ, ਕੁੱਤੇ ਬਿੱਲਿਆਂ ਵਿੱਚ ਦੀ ਬੋਲਦੇ ਨੇ, ਮਿਹਣੇ ਮਾਰਦੇ ਨੇ ਮਿਹਣੇ ਜਰਨੇ ਪੈ, ਮੌਕਾ ਮਿਲ ਗਿਆ, ਮੌਕਾ ਬਹਾਨਾ ਦੇਦਾ, ਜਵਾਖਾਂ ਨੇ ਬਹਾਨਾ ਦੇਤਾ ਭਾਈ, ਮੈਂ ਤਾਂ ਸਾਰੀ ਨਾ ਠੀਕ ਆ, ਸਾਰੀ ਉਮਰ ਲੰਘਾਲੀ, ਕਿਸੇ ਤੋਂ ਇਹ ਨਹੀਂ ਕਹਾਇਆ ਤੀ, ਇਹਦੀ ਮਾਂ ਨੇ ਨਹੀਂ ਕਿਸੇ ਤੋਂ ਇਹ ਕਹਾਇਆ, ਮੈਂ ਨਹੀਂ ਉਹ ਕਹਾਇਆ, ਵਧੀਆ ਤੀ ਭਾਈ, ਆਪਦਾ ਕਰਦੇ ਤੀ, ਕਮਾਉਂਦੇ ਤੀ, ਖਾਂਦੇ ਤੀ, ਹੈ ਹੋਰ ਕੋਈ ਨਾ, ਚੱਲ ਇਹ ਤਾਂ ਪਿਆਰਿਆ ਐਂ ਕਹਿੰਦਾ ਤੀ, ਹਾਂ ਦੇਖ ਭਾਈ ਹੁਣ ਤੂੰ ਕਰ ਹਰਨੇਕ ਨਾਲ ਗੱਲ, ਮੂੰਹ ਅੱਡ ਰਿਹਾ ਬਹੁਤ ਜ਼ਿਆਦੇ, ਹੈਂ ਚੱਲ ਭਾਈ ਮੈਂ ਤਾਂ ਨਮਸਕਾਰ ਕਰਦਾ ਉਹਨਾਂ ਨੂੰ, ਹੈਂ ਰੱਬ ਦੇ ਬੰਦੇ ਨੇ ਜਿਨ੍ਹਾਂ ਨੇ ਮੇਰਾ ਜਲੂਸ ਨਹੀਂ ਕੱਢਿਆ, ਨਾ ਠੀਕ ਨਹੀਂ, ਬੰਦੇ ਨੂੰ ਚਾਹੀਦਾ ਹੁੰਦਾ ਬਹਾਨਾ ਪਿਆਰਿਆ, ਬੰਦਾ ਜਲੂਸ ਕੱਢਦਾ ਹੁੰਦਾ ਬੰਦੇ ਦਾ, ਨਾ ਨਰਮ ਆ ਖਰੇ ਉਹ, ਚੱਲ ਜੋ ਮਰਜ਼ੀ ਕਸੱਟ ਹੋਈ ਹੈ ਉਹ, ਪਰ ਬੰਦਾ ਦੇਖ ਨਰਮ ਹੈ ਨੇਕਾ, ਹੈ ਉਹ ਜ਼ਿਆਦੇ ਅੱਡ ਰਿਹਾ ਪਿਆਰੇ, ਤੂੰ ਆਪ ਸੋਚ ਯਾਰ ਮੈਂ ਕਿੱਥੋਂ ਭਰ ਦੂੰਗਾ ਇੰਨੇ ਪੈਸੇ, ਤੂੰ ਇਹ ਚੀਜ਼ ਸੋਚ, ਇੰਨੇ ਤਾਂ ਮੇਰੇ ਨਹੀਂ ਲੱਗੇ, ਮੈਂ ਤਾਂ ਦਹੇਜ ਦਿੱਤਾ, ਹੈਂ ਪੈਸਾ ਦਿੱਤਾ, ਕਰ ਲੂੰ ਫਿਰ ਉਹਦੇ ਨਾਲ ਗੱਲ, ਤੂੰ ਉਹਨੂੰ ਥੋੜ੍ਹਾ ਜਿਹਾ ਥੱਲੇ ਲੈ ਕੇ ਆ,
ਕਰਕੇ ਮਾੜਾ ਮੋਟਾ ਭਾਈ 2-2.5 ਲੱਖ ਰੁਪਏ ਦੀ ਗੱਲ ਹੈ, ਇੰਨੇ ਕਿਤਰੇ ਲੱਗੇ ਹੋਣੇ ਆਪਾਂ ਕਰਿਆ ਚੁੰਨੀ ਚੜਾਵਾ ਆਪਾਂ ਤਾਂ ਇੱਕ 2-2.5 ਤਾਂ ਨਹੀਂ ਉਹ ਲੈਂਦਾ, ਮੈਨੂੰ ਪਤਾ ਉਹਦਾ 2-2.5 ਤੇ ਨਹੀਂ ਮੰਨਣੀ ਉਹਨੇ ਗੱਲਬਾਤ, ਉਹ ਤਾਂ ਦੇਖ 4-5 ਤੇ ਅੜੂ ਭਾਈ ਯਾਰ, ਮੈਂ ਇੰਨਾ ਪੈਸਾ ਕਿੱਥੋਂ ਦੇ ਦੂੰ ਕੁੜੀ ਦੇ ਵਿਆਹ ਤੇ ਲਾ ਕੇ, ਕੁੜੀ ਦੇ ਵਿਆਹ ਤੋਂ ਪਹਿਲਾਂ ਘਰ ਪਾਇਆ। ਚੱਲ ਉਹ ਤਾਂ ਪੰਜਾਬ ਦਾ ਹੁਣ ਜਿਹੜਾ ਹੁੰਦਾ ਗਾ, ਡੰਗਰ ਪਸ਼ੂ ਵੇਚਣੇ ਪੈਣਗੇ, ਕੀਲਾ ਮੇਰੇ ਕੋਲ ਟੂੜ ਹੈ ਹੈਂ, ਮੈਂ ਤਾਂ ਕੀਲਾ ਵੇਚਣਾ ਪੈ ਜੂ, ਮੈਂ ਇੰਨੇ ਪੈਸੇ ਕਿੱਥੋਂ ਭਰ ਦੂੰ ਮੇਰੇ ਘਰ ਦੀ ਕਬੀਲਦਾਰੀ ਦਾ ਪਤਾ, ਅਗਲੇ ਨੇ ਵੀ ਖਰ ਲਾਏ ਨੇ ਪੈਸੇ, ਐਂ ਤਾਂ ਨਹੀਂ ਆਪਾਂ ਕਹਿੰਦੇ ਹੈਗੇ, ਅੱਲਾ ਮੈਂ ਸਾਰਾ ਘਰ ਉਹ ਕੁੜੀ ਦੀ ਪੜ੍ਹਾਈ 'ਤੇ ਲਾਤਾ, ਉਹ ਮੈਂ ਪੈਸੇ ਚੱਕ ਚੱਕ ਕੁੜੀ ਦੀ ਪੜ੍ਹਾਈ ਕਰਾਈ, ਮਹਿੰਗੀ ਪੜ੍ਹਾਈ ਕਰਾਈ। ਮੇਰੀ ਗੱਲ ਸੁਣ ਹਰੀ, ਜਦੋਂ ਇੱਥੇ ਕੁੜੀ ਰਹਿੰਦੀ ਤੀ ਆਪਣੇ ਘਰੇ, ਤੁਹਾਨੂੰ ਮਾੜੀ ਮੋਟੀ ਸੂਹ ਨਹੀਂ ਆਈ ਯਾਰ? ਮੇਰੇ ਕੋਲ ਤਾਂ ਰਹੀ ਅੱਜ ਕੱਲ੍ਹ ਮੁੰਡੇ ਸਾਲੇ ਗੇੜੇ ਗੂੜੇ ਮਾਰਦੇ ਨੇ, ਮੈਨੂੰ ਮੈਂ ਦਬਾਤਾ, ਕਹਿੰਦੀ ਪਾਪੇ ਮੈਨੂੰ ਟਿੱਚ ਦਬਾ ਦੇ, ਮੈਂ ਦਬਾਤਾ, ਕਹਿੰਦੀ ਮੇਰੀ ਪੜ੍ਹਾਈ ਸਾਰੀ ਫੋਨਾਂ ਤੇ, ਜਦੋਂ ਦੇ ਫੋਨਾਂ ਤੇ ਪੜ੍ਹਾਈ ਹੋਈ ਹੈ ਨਾ, ਉਦੋਂ ਕੀ ਕਰਨ ਮਾਂ ਬਾਪ, ਕਹਿੰਦੇ ਪੁੱਤ ਫੋਨ ਰੱਖਦੇ, ਪੁੱਤ ਨਾ ਪਾਪੇ ਮੈਂ ਤਾਂ ਪੜ੍ਹਾਈ ਕਰਦੀ ਹਾਂ, ਕੋਈ ਨਾ ਮੈਂ ਪਾਪੇ ਪੜ੍ਹਦੀ ਹਾਂ, ਹੈਂ ਐ ਕਿਤਾਬ ਹੁੰਦੀ ਆ ਵਿਚਾਲੇ ਫੋਨ ਹੁੰਦਾ, ਕੀ ਕਰੀਏ ਜੇ ਮੈਂ ਪੁੱਛਦਾ ਭਾਈ ਕੌਣ ਆ, ਮੇਰੀ ਸਹੇਲੀ ਆ, ਕੰਮ ਪੁੱਛਦੀ ਆ ਪਾਪੇ, ਹੁਣ ਕੀ ਕਰੀਏ ਅਸੀਂ ਅਨਪੜ੍ਹ ਬੰਦੇ, ਸਾਨੂੰ ਕੀ ਪਤਾ ਪਿਆ ਰਿਹਾ, ਆਪਾਂ ਨੂੰ ਇਹ ਚੀਜ਼ਾਂ ਦਾ ਕੀ ਪਤਾ, ਮੇਰੀ ਤਾਂ ਆਪਰੇ ਸੋ ਘਟਾਤੀ, ਮੈਂ ਤਾਂ ਭੈਣ ਦਾ ਆਪਦੀ ਉਹਦਾ ਕਹਿਣਾ ਸਾਰੀ ਜ਼ਿੰਦਗੀ 'ਚ ਇੰਨੇ ਰਿਸ਼ਤੇ ਕਰਾਤੇ, ਕਿਤੇ ਲਾਂਭਾ ਨਹੀਂ, ਕਿਤੇ ਲਾਂਭਾ ਨਹੀਂ ਖੱਟਿਆ ਉਹ, ਕਿਤੇ ਵੀ ਨੇਮ ਦਾ ਡੰਗਰ ਮੈਂ ਮਨਾ ਲੂ, ਘੱਟ ਕਰਾ ਲੂ, ਉਹ ਤਾਂ ਹੁਣ 18 ਲੱਖ ਮੰਗਦਾ, ਦੱਸ ਕੀ ਕਰੀਏ, ਉੱਤੇ 18 ਕਹਿ ਕੇ ਗਿਆ, ਹੌਲੀ 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 ਉਹ ਤਾਂ ਕੀ ਪਤਾ ਵੱਧ ਜੇ, ਪਰ ਭਾਈ 18 ਤੇ ਬਣਦਾ ਭਾਈ, ਹਾਂ ਜ਼ਮੀਨ ਵੇਚ ਦੂੰਗਾ, ਹੋਰ ਕੀ ਆ, ਜ਼ਮੀਨ ਤਾਂ ਕਾਹਨੂੰ ਵੇਚੀ ਆ, ਜ਼ਮੀਨ ਦੇ ਵਿੱਚ ਬਹਿ ਜਾਗੇ ਜਾ ਕੇ ਕਿਸੇ ਜਿਹੜੇ ਜੱਟ ਲਵੇ ਭਾਈ ਜ਼ਮੀਨ ਹੀ ਉਹਦਾ, ਵਿੱਚ ਬਹਿ ਜਾਗੇ ਜਾ ਕੇ, ਕਾਹਦਾ ਫਿਰ ਉਹਦਾ ਕਹਣਾ ਜੱਟ ਰਹੇਗਾ, ਜੱਟ ਤਾਂ ਮਾਂ ਕਹਿੰਦੇ ਨੇ ਜ਼ਮੀਨ ਨੂੰ, ਜ਼ਮੀਨ ਤਾਂ ਕਾਹਨੂੰ ਵੇਚਣੇ, ਕੋਈ ਨਾ ਪਰ ਆਹ ਜ਼ਰੂਰ ਹੈ, ਮਾੜਾ ਮੋਟਾ ਥੱਲੇ ਉੱਪਰ ਕਰ ਦੂੰ ਮੈਂ ਉਹਨੂੰ, ਹੈਂ ਤੂੰ ਫਿਰ ਐਂ ਨਹੀਂ ਵੀ ਆਪਾਂ ਜ਼ਿਆਦਾ ਦੇਖ ਲਈਏ, ਕਿਉਂ ਅਗਲੇ ਨੇ ਵੀ ਭੈਣ ਦਾ ਘਰ ਲਾਇਆ ਤੀ ਭਾਈ, ਅਗਲਾ ਤਾਂ ਵਿਆਜੂ ਪੈਸੇ ਚੱਕੀ ਫਿਰਦਾ ਕਿ ਮੈਂ ਗੋਲੂ ਨੂੰ ਬਾਹਰੇ ਤੋਰਨਾ, ਉਹਦਾ ਕੀ ਕਰੂੰ ਜਿਹੜੇ ਵਿਆਜੂ ਪੈਸੇ ਚੱਕੀ ਫਿਰਦਾ, ਪੈਸੇ ਉਹਦੇ ਲਵੇ ਨੇ ਭਾਈ, ਉਹ ਕਿਹੜਾ ਪੈਸੇ ਮੇਰੀ ਕੁੜੀ ਲੈ ਗਈ, ਉਹੀ ਪੈਸਾ ਜੀ ਵਿਆਹ ਤੇ ਲਾਤਾ ਉਹਨੇ, ਸਾਰੇ ਥੋੜੂ ਕੋਲੇ ਨੇ ਉਹਦੇ ਯਾਰ, ਅੱਧੇ ਕੋਲੇ ਨੇ ਭੈਣ ਦਾ, ਹਾਂ ਜਿੰਨੇ ਚ ਮੰਨਦਾ ਉਹਨੂੰ ਮਨਾ ਲਾ ਭਾਈ, ਉਹਨੂੰ ਸਮਝਾ ਵੀ ਹਰੀ ਦੇ ਵੀ ਤਾਂ ਲੱਗੇ ਨੇ, ਮਨਾ ਲੂ ਹਰੀ ਦੇ ਵੀ ਤਾਂ ਲੱਗੇ ਨੇ, ਮਨਾ ਲੂ ਮੈਂ ਕੋਈ ਗੱਲ ਨਹੀਂ, ਪਰ ਐ ਨਹੀਂ ਵੀ ਦੇਖ 2-2.5 ਵਾਲੀ ਗੱਲ ਨਹੀਂ ਹੈ, ਕੋਈ ਨਾ ਚੱਲ ਦੇਖਦਾ ਮੈਂ, ਗੱਲਬਾਤ ਮੈਂ ਕੁਛ ਨੀ ਖੱਟਿਆ ਭੈਣ, ਤੁਸੀਂ ਭਾਈ ਤੁਹਾਡਾ ਪਰਿਵਾਰ ਮੈਂ ਸੁਣਿਆ ਵਿੱਚ ਦੀ ਗੱਲ ਆਈ ਨੇ, ਤੁਸੀਂ ਗਾ ਦਿੰਦੇ ਹੋ, ਮਸ਼ੀਨ ਖੜਾਤੀ, ਦੂਏ ਦਿਨ ਕੋਈ ਮਸ਼ੀਨ ਚੱਕ ਲੈ ਗਿਆ, ਤੀਏ ਦਿਨ ਮਸ਼ੀਨ ਘਮੂਰ ਘਾਟ ਤੋਂ ਮਿਲੀ ਲੈ, ਭੈਣ ਦਾ ਵੱਡੀ ਰੇਲ ਵਿੱਚ ਦੀ, ਖੰਡੇਵਾਦ ਵਿੱਚ ਦੀ, ਭੈਣ ਦਾ ਸਾਰਾ ਇੱਧਰ ਦੀ, ਰਾਮਗੜ੍ਹ ਸੰਧੂਆਂ ਵਿੱਚ ਦੀ ਜਾ ਕੇ ਭੈਣ ਦਾ ਤਾਂ ਘਮੂਰ ਘਾਟ ਠੋਕੀ, ਕੀ ਮੇਰੇ ਚੱਕ ਕਰੇ, ਕੀ ਮੇਰੇ ਚ ਪਤਾ ਲੱਗਿਆ, ਸਮਾਂ ਬਦਲ ਗਿਆ ਪਿਆਰਾ, ਕਾਹਨੂੰ ਸਮਾਂ ਭੈਣ ਦਾ, ਪਹਿਲਾਂ ਲੋਕ ਬਾਰ ਨਹੀਂ ਲਵਾਉਂਦੇ ਤੇ ਫੱਟੇ ਲਾਉਂਦੇ, ਮੈਂ ਤਾਂ ਜਿੰਨੀ ਵਾਰ ਟੂਕਣਾ ਕਟਾ ਲਿਆ ਦਰੀ ਚ ਕਟਾ, ਹੁਣ ਕਰ ਲਓ।
ਭਲਾ ਭੈਣ ਦਾ ਖੇਡਾ ਕੀ ਕਰੂੰਗਾ ਤਾਂ ਵੀ ਜਵਾਕ ਕੰਦਾ ਟੱਪ ਚੜ ਚੰਗਾ ਮੈਂ ਕਰੂੰਗਾ ਲੋਏ ਚੰਗਾ ਪਿਆਰਿਆ ਚੰਗਾ ਚੰਗਾ ਮੈਂ ਕਰਦਾ ਹੀਲਾ ਪੈ ਜਾ ਹਾਂ ਕਰ ਲਈ ਕੋਈ ਨਾ ਹੀਲਾ ਕਰਦਾ ਦੇਖਦੇ ਆ ਡੰਗਰ ਵੇਚ ਦਾਂਗੇ ਲੈ ਮੈਂ ਚਾਹ ਪੀ ਲਈ ਪੁੱਤ ਨਾਲ ਤੂੰ ਕਹਿੰਦਾ ਕਹਿੰਦਾ ਆਪਣੀ ਦਸੀ ਮਾਂ 3000 ਦੀ ਹੋਈ ਹੈ ਹਿਸਾਬ ਕਰਕੇ ਆ ਆਪਣੀ ਪੁੱਤ 3500 ਦੀ ਦਸੀ ਹੋਈ ਹੈ ਆਪਣੇ ਨਾਲ ਕਮਲਾ ਕਰਦਾ ਥੋੜਾ ਧਿਆਨ ਨਾਲ ਪਾ ਕੇ ਕਰ ਤੂੰ ਤਾਂ ਸਿੱਟ ਕੇ ਦੁੱਧ ਮੁੜਿਆ ਉਹਨੇ ਦੇਖਦਾ ਨੀ ਭਾਲਦਾ ਨੀ ਕਿੱਧਰੋਂ ਆ ਗਿਆ ਹੋਰ ਭਾਈ ਹਾਂ ਬਹਿ ਜਾ ਭਾਈ ਹੋਰ ਮਿੰਟੂ ਬੇਟਾ ਠੀਕ ਹੈ ਚਾਹ ਤੂੰ ਦੱਸ ਸੂਰਜ ਜਾ ਕਿਤੇ ਆ ਜਾਂਦਾ ਬੱਦਲਾਂ ਥੱਲੇ ਕਿਤੇ ਤਾਹਾਂ ਹੋ ਜਾਂਦਾ ਧੁੰਦ ਬਾਰੀ ਹੈ ਰਜਾ ਹੁੰਦਾ ਚੰਦ ਵੱਧ ਨਿਕਲਦਾ ਚੰਦ ਚੜਦਾ ਹੁੰਦਾ ਚੰਦ ਐ ਰਾਤ ਵੀ ਮੈਂ ਦੇਖਿਆ ਸੀ ਖਾਦਾ ਚਾਨਣ ਕਰ ਰੱਖਿਆ ਸੀਗਾ ਹਾਂ ਚੱਲ ਮਾਲਕ ਦੇ ਰੰਗ ਨੇ ਹਾਂ ਇਹ ਤਾਂ ਹੈ ਰੰਗ ਭਾਈ ਬੰਦੇ ਨਾਲ ਹੀ ਹੁੰਦੇ ਨੇ ਜੇ ਬੰਦੇ ਰੰਗ ਦਿਖਾਉਂਦੇ ਨੇ ਫਿਰ ਮਾਲਕ ਵੀ ਦਿਖਾਉਂਦਾ ਹੈਗਾ ਮਾਲਕ ਵੀ ਦਿਖਾਉਂਦਾ ਕੰਮ ਆ ਦੀ ਮਦਦ ਇੱਕ ਜੇ ਕਰੇਗਾ ਕੀ ਕੰਮ ਹੋ ਗਿਆ ਇਹ ਤਾਂ ਕੰਮ ਹੈ ਡਾਇਰੀ ਤੋਂ ਨੰਬਰ 8 ਤੇਰੀ ਵੱਡੀ ਭੂਆ ਦਾ ਬਣ ਸੋ ਧੂਰੀ ਲਿਖਿਆ ਹੋਊ ਤੇ ਇਹ ਹਜਾ ਕੀ ਕੰਮ ਪੈ ਗਿਆ ਭਾਈ ਅੱਗੇ ਤਾਂ ਭੂਆ ਨੂੰ ਕਦੇ ਅੱਗੇ ਨਾ ਪਿੱਛੇ ਫੋਨ ਲਾਇਆ ਭਾਈ ਆਏ ਆ ਫਿਰ ਹੁਣ ਕੋਈ ਰੋਟੀ ਵਾਲਾ ਹੈ ਨੀ ਮੈਂ 3-4 ਦਿਨ ਉਹ ਕੜਾ ਜੂ ਹੈ ਫਿਰ ਕੋਈ ਹੀ ਲਿਆਉਂਦੇ ਹੋ ਗਏ 4-5 ਮਹੀਨੇ ਗਈ ਨੂੰ ਬਹੂ ਤਾਂ ਭਾਈ ਫਿਰ ਆਏ ਆ ਚੱਕਰ ਅਸੀਂ ਗੱਲ ਤੋਰੀ ਦੀ ਪੇਪਰ ਪੂਪਰ ਦਿੰਦੀ ਆ ਉਹ ਬਹੂ ਕਾਲਪੁਰਖ ਨੂੰ ਮਨਜ਼ੂਰ ਏ ਕਹੀ ਜੀ ਗੱਲ ਹੋ ਗਈ ਬਸ ਭਾਈ ਇਹ ਤਾਂ ਫਿਰ ਹੁਣ ਗ੍ਰਹਿ ਕਲੇਸ਼ ਜਿਹੜੇ ਚੱਲਦੇ ਰਹਿੰਦੇ ਨੇ ਬੰਦੇ ਤੇ ਹੈ ਨਾ ਕੁਝ ਦੱਸਦੇ ਨੇ ਫੋਨ ਕਰਿਆ ਸਤਿ ਸ੍ਰੀ ਅਕਾਲ ਭੂਆ ਹਾਂ ਹਾਂ ਬੂਆ ਠੀਕ ਹੈ ਹੋਰ ਪੈਰੀ ਪਹਿਨਾ ਸਾਰੇ ਠੀਕ ਨੇ ਮੰਮੀ ਹੋਰੀ ਵੀ ਠੀਕ ਨੇ ਆਹ ਚਾਚਾ ਆਇਆ ਜੀ ਹਰਨੇਕ ਮੜੀ ਜੀ ਕਰੀ ਗੱਲ ਜ਼ਰੂਰੀ ਕੰਮ ਹੈ ਕਹਿੰਦਾ ਬੂਆ ਤੱਕ ਹਾਂ ਵੱਡੀ ਬਾਜ ਕਰਦੀ ਵੱਡੀ ਗੱਲ ਆ ਹੈਲੋ ਹਾਂ ਭਾਈ ਬਾਂਸੂ ਠੀਕ ਆ ਠੀਕ ਆ ਠੀਕ ਆ ਭਾਈ ਵਧੀਆ ਠੀਕ ਆ ਭਾਈ ਹਾਂ ਭਾਈ ਆਏ ਤੀ ਤੁਸੀਂ ਆ ਜਾਂਦੇ ਕੰਮ ਤੀ ਆਉਂਗੀ ਵੀਰੇ ਪਹਿਲਾਂ ਤਾਂ ਵੀਰੇ ਤੁਸੀਂ ਕਦੇ ਫੋਨ ਨਹੀਂ ਕਰਿਆ ਸਾਨੂੰ ਹੁਣ ਜਦੋਂ ਸਾਨੂੰ ਕੰਮ ਹੁੰਦਾ ਉਦੋਂ ਤੁਸੀਂ ਫੋਨ ਲਾ ਲੈਂਦੇ ਹੋ ਭਾਈ ਉਹ ਫਿਰ ਭਾਈ ਲੋਡ ਪੈਂਦੇ ਆ ਹੁਣ ਰਿਸ਼ਤੇਦਾਰੀ ਕੰਮ ਆਉਂਦਾ ਹੈ ਹੋਰ ਗੋਡੇ ਤੇ ਰਗੜ ਕੇ ਲਾਉਣਾ ਹੁੰਦਾ ਰਿਸ਼ਤੇਦਾਰ ਹੈ ਰਿਸ਼ਤੇਦਾਰ ਤਾਂ ਭਾਈ ਆਉਂਦਾ ਤੁਸੀਂ ਵੀ ਸਾਨੂੰ ਯਾਦ ਕਰ ਲਿਆ ਕਰੋ ਕੁੜੀਆਂ ਨੂੰ ਉਹ ਭਾਈ ਕਰੀ ਤਾਂ ਜਾਂਦੇ ਹੁਣ ਜਦੋਂ ਭਾਈ ਹੁਣ ਭੀੜ ਪਏਗੀ ਕੀ ਕਰੀਏ ਹੁਣ ਇਹ ਤਾਂ ਆਪਦੀ ਨਹੀਂ ਲੋਟ ਆਉਂਦਾ ਉਹ ਮੁੰਡੇ ਦੀ ਬਹੂ ਤੀ ਉਹ ਨਹੀਂ ਤੋਰਦੇ ਹੈਗਾ ਤਾਂ ਭਾਈ ਕੰਮ ਤਾਂ ਔਖਾ ਹੀ ਹੋ ਗਿਆ ਹੁਣ ਦੁੱਖ ਤਾਂ ਮੈਨੂੰ ਵੀ ਬਹੁਤ ਹੈ ਭਾਈ ਕੀ ਕਰੀਏ ਫਿਰ ਹੁਣ ਘਰਾਂ ਦੇ ਕੰਮ ਨੇ ਹੋਰ ਭਾਈ ਮੈਂ ਕਹਿੰਦਾ ਤੇ ਤੁਸੀਂ ਆ ਜਾਂਦੇ ਹੋ ਰੋਈ ਜਾਂਦਾ ਮੁੰਡਾ ਘਰੇ ਸਿੰਮੂ ਹਾਂ ਕੋਈ ਨਾ ਵੀਰੇ ਆ ਜਾਊਂਗੀ ਪਹਿਲਾਂ ਤਾਂ ਆਪਣੇ ਲੋੜੀ ਸੀਗੀ ਪੋਤੇ ਦੀ ਹਾਂ ਭਾਈ ਆਇਆ ਨਹੀਂ ਗਿਆ ਭਾਈ ਉਦੋਂ ਆਇਆ ਨਹੀਂ ਗਿਆ ਹਾਂ ਕੰਮ
ਕੱਪੜਾ ਚੱਕਦਾ ਢਿੱਡਾ ਵਧੀ ਨੰਗਾ ਹੁੰਦਾ, ਹੁਣ ਕੀ ਬੋਲੀਏ ਚਾਰ ਦਿਨ ਟਪਾ ਜਾ ਭਾਈ। ਹਾਂ ਆ ਜੀ ਭਾਈ, ਠੀਕ ਆ, ਲੈ ਮੈਨੂੰ ਫੋਨ, ਮੈਨੂੰ ਫੋਨ ਨਾ ਕਰਨਾ ਪਵੇ ਹੁਣ ਭਾਈ। ਬਸ ਠੀਕ ਆ ਭਾਈ, ਚੰਗਾ ਹਾਂ, ਕੱਟ ਦੇ ਭਾਈ ਓਏ, ਚੰਗਾ। ਇਹ ਭਾਈ ਤੂੰ ਕੀ ਗੱਲਾਂ ਕਰਦਾ ਤੀ ਹੁਣ, ਕਾਪੀ ਫੜਾਈ ਹੈ ਜੀ, ਨਾਲੇ ਹੁਣ ਤੂੰ ਕੀ ਗੱਲਾਂ ਕਰਦਾ ਤੀ ਬੰਸੋ ਨਾਲ, ਨਾਲੇ ਸਾਨੂੰ ਕਹਿੰਦਾ ਤੀ, ਕਹਿੰਦਾ ਗੱਲ ਕੁਛ ਹੋਰ ਹੈ, ਪੇਪਰ ਦਿੰਦੀ ਹੈ ਬਹੂ, ਇਹ ਕੀ ਗੋਲ ਮੋਲ ਜੀਆਂ ਗੱਲਾਂ ਕੀ ਹੋ ਰਹੀਆਂ ਨੇ ਭਾਈ? ਹੁਣ ਗੱਲਾਂ 'ਚੋਂ ਗੱਲ ਨਿਕਲ ਜਾਂਦੀ ਹੈ, ਹੁਣ ਕਹਿੰਦੇ ਜਜਬਾਨਾ ਤੇਰੇ ਵਾਲ ਕੱਢੇ ਕੱਢੇ, ਕਹਿੰਦਾ ਭਾਈ ਮੂਹਰੇ ਆਉਣਗੇ। ਹਾਂ ਫਿਰ ਮੂਹਰੇ ਆਈ ਤੂੰ ਬੋਲਿਓ, ਪਹਿਲਾਂ ਤਾਂ ਦੱਸਿਆ ਨੀ ਮੂਹਰੇ ਆਈ ਤੂੰ ਬੋਲਿਓ। ਹੁਣ ਭਾਈ ਚੱਲ ਉਹਨਾਂ ਦਾ ਹਰੇਕ ਹੀ ਰੱਖਦਾ, ਹੁਣ ਕੀ ਕਰੀਏ, ਇੱਕ ਇਹੋ ਜਿਹਾ ਮੇਰੇ ਵਾਲਾ ਲੂਣਾ ਹੈ, ਹੁਣ ਬਹੂ ਨੂੰ ਨੀ ਤੋਰਦੇ ਉਹ। ਅੱਛਾ ਗੱਲ ਤਾਂ ਹੋ ਗਈ ਭਾਈ ਰਾਣੀ। ਅੱਛਾ ਹਾਂ, ਬਥੇਰਾ ਉਹਦੇ ਰਿੰਗ ਕੇ ਆਇਆ ਸੀ, ਪਤਾ ਤਾਂ ਸਾਨੂੰ ਭਾਈ ਕਿੱਦਾਂ ਦਾ ਲੱਗ ਰਿਹਾ ਵੀ ਬਹੂ ਨੂੰ ਸਾਡੀ ਤੋਰਦੇ ਨੀ, ਤੂੰ ਵੀ ਦਾਰੂ ਪੀ ਕੇ ਰੋਲ ਰੱਪਾ ਪਾਇਆ, ਚੰਗਿਆੜਾ ਚੰਗੂੜਾ ਮਾਰੀਆਂ ਨੇ, ਹੁਣ ਤਾਂ ਬਿਮਾਰ ਹੋਇਆ ਫਿਰਦਾ। ਹਾਂ ਤੇ ਉਹਦੇ ਅਸੀਂ ਦੇਖਿਆ ਸੀ, ਹੁਣ ਆਲੇ ਦੁਆਲੇ ਜਿਨ੍ਹਾਂ ਦੇਖ ਹੁਣ ਬਹਿ ਕੇ ਗੱਲ ਕਰਨਾ, ਪਤਾ ਸਾਰਿਆਂ ਨੂੰ, ਗੁਆਂਢੀਆਂ ਸਾਰਿਆਂ ਨੂੰ ਪਤਾ ਹੈ, ਸਾਰਿਆਂ ਨੂੰ ਪਤਾ ਹੈ, ਤੈਨੂੰ ਤਾਂ ਐਂ ਤੇਰੀ ਖਰੀ ਪਤਾ ਨੀ, ਇਹੋ ਜਿਹੀਆਂ ਗੱਲਾਂ ਦੇ ਤਾਂ ਭਾਈ ਢੋਲ ਵੱਜ ਜਾਂਦੇ ਨੇ। ਮੈਂ ਤਾਂ ਭਾਈ ਪਿਆਰੇ ਨਾਲ ਵੀ ਬਾਗੇ ਦੀ ਗਏ ਬਨਾਸਰ ਬਾਗ ਚ, ਸੰਗਰੂਰ ਉੱਥੇ ਕੀਤੀ ਬਨਾਸਰ ਬਾਗ, ਬਨਾਸਰ ਬਾਗ ਚ ਜਿੱਦੇ ਮੁੰਡਾ ਦਿਖਾਇਆ ਪਹਿਲਾਂ ਕਿਹੜਾ ਦਿਖਾਇਆ, ਜਦੋਂ ਫਿਰ ਲਿਆਏ ਤੈਨੂੰ ਪਤਾ ਹੈ ਨਾ ਬਈ ਮੁੰਡਾ ਵਾਰੇ ਵਾਰੇ ਕਿਉਂ ਦਿਖਾਇਆ, ਵਾਰੇ ਵਾਰੇ ਤਾਂ ਕੁੜੀਆਂ ਦਿਖਾਉਂਦੇ ਹੁੰਦੇ, ਮੁੰਡਾ ਤਾਂ ਘਰੇ ਦੇਖਣ ਆਉਂਦੇ ਨੇ ਭਾਈ। ਉਹਨਾਂ ਨੇ ਕਿਹਾ ਸੀਗਾ ਮੈਨੂੰ ਵੀ ਆਈ ਦੀ, ਮਹਾਂ ਕੋਈ ਭਾਨੀ ਤੋਂ ਡਰ ਲੱਗਦਾ ਹੁੰਦਾ ਦੀ ਭਾਈ, ਉਦੋਂ ਚੱਲ ਭੱਜੀਆਂ ਨੇ, ਹੁਣ ਨਾ ਕਿਹਦਾ ਲਈਏ, ਇਹ ਵੀ ਗੱਲ ਆਪਣੇ ਤੇ ਛੱਡ। ਹਾਂ ਆਪਣੇ ਤੇ ਛੱਡਦਾ ਫਿਰ, ਤਾਂ ਹੀ ਤਾਂ ਇਹਨਾਂ ਬਣਦੀਆਂ ਨੇ, ਸ਼ਰਮ ਤਾਂ ਨਹੀਂ ਆਉਂਦੀ ਚਾਚਾ ਤੈਨੂੰ? ਉਹ ਭਾਈ ਹੁਣ ਤਾਂ ਕਿਵੇਂ ਮਰਜ਼ੀ ਕਰ ਲਓ, ਮੇਰੇ ਤੇ ਮੇਰੇ ਇਹਦਾ ਭਾਈ ਜੀ ਤੇ ਵਖਤ ਪਿਆ, ਉਹਨੂੰ ਹੀ ਪਤਾ ਦੂਜੇ ਦਿਨ ਦਾ ਟਿੱਚਰਾਂ ਨੇ, ਵਖਤ ਫਿਰ ਆਪਦੀ ਜਵਾਨ ਹੀ ਪਾਉਂਦੀ ਹੈ। ਤੇ ਭਾਈ ਉੱਥੇ ਗਏ ਜਦੋਂ ਬਨਾਸਰ ਬਾਗ ਚ ਮੀਟਿੰਗ ਕਰ ਲਈ ਕੁੜੀ ਨਾਲ, ਨਾਲ ਉਹਦੇ ਘਰਦਿਆਂ ਨਾਲ, ਤੇ ਪ੍ਰੀ ਬਿਲਡਿੰਗ ਹੋ ਗਈ, ਪ੍ਰੀ ਬਿਲਡਿੰਗ ਹੋ ਗਈ ਜਦੋਂ 40,000 ਉਹਦਾ ਦਿੱਤਾ। ਉਹ ਭਾਈ ਜਿਹੜਾ ਪੋਜ ਜੇ ਬਣਦੇ ਹੁੰਦੇ ਨੇ ਪਹਿਲਾਂ ਬਣ ਜਾਂਦੇ ਨੇ ਪੋਜ, ਵਿਆਹ ਤੋਂ ਪਹਿਲਾਂ, ਹਾਂ ਪ੍ਰੀ ਬਿਲਡਿੰਗ ਹੁੰਦੀ ਹੈ ਚਾਚਾ, ਆਹੋ ਆ ਛੋਟਾ ਹੁੰਦਾ ਉਹ ਸੂਟ ਸਾਟ ਜੇ ਪਾ ਕੇ, ਹਾਂ ਘੱਗਰਾ ਪਾਈ ਫਿਰੇ ਬਹੂ, ਹਾਂ ਉਧਰੋਂ ਮੋੜ ਕੇ ਲਿਆਤੀ ਬਾਜ਼ਾਰ ਚ ਘੱਗਰਾ ਮੰਗਾਇਆ, ਅੱਛਾ ਸਾਡੇ ਆਲੇ ਦੇ ਪਾਏ ਸ਼ੇਰਬਾਨੀ, ਘੋੜਾ ਦੀ ਇੱਕ ਉੱਥੋਂ ਲਿੱਤਾ ਕਿਰਾਏ ਤੇ ਰਥ, ਹਾਂ ਇਹਦੇ ਮੇਚ ਦੀ ਮਿਲ ਗਈ ਤੀ। ਤੇ ਭਾਈ ਪ੍ਰੀ ਬਿਲਡਿੰਗ ਜਦੋਂ ਹੋ ਗਈ ਉਦੋਂ ਬਾਅਦ ਸਾਰਾ ਵਧੀਆ ਹੋਇਆ ਕਾਰਜ, ਵਧੀਆ ਹੋਇਆ ਵੀ ਲੈ ਭਾਈ ਘਰ ਵਸ ਗਿਆ। ਫਿਰ ਪਤਾ ਨੀ ਕਿਵੇਂ ਚਾਰ ਕੁ ਦਿਨ ਉੱਠੀ ਆ ਬਹੂ, ਫਿਰ ਉੱਠਣੋਂ ਹਟ ਗਈ, ਅੰਦਰੋਂ ਹੂੰ ਹੂੰ ਆਵਾਜ਼ ਆਵੇ, ਮੈਨੂੰ ਦੱਸਿਆ ਨੀ ਸਾਡੇ ਵਾਲੇ ਨੂੰ, ਮਹਾਂ ਚੱਲ ਜਵਾਕ ਆ ਹਨਾ, ਮਹਾਂ ਗੱਲ ਤਾਂ ਕੁਛ ਹੋਰ ਆ, ਮਹਾਂ ਰਗੜੇ ਗਏ ਹਰਨੇਕ। ਫਿਰ ਹੁਣ ਭਾਈ ਤੋਰੀ ਨੀ, ਹੁਣ ਜਦੋਂ ਪਤਾ ਲੱਗਿਆ ਕਹਿੰਦੇ ਅਸੀਂ ਤਾਂ ਤੋਰਦੇ ਨੀ, ਕੁੜੀ ਕਿਤੇ ਹੋਰ ਪਸੰਦ ਕਰੀ ਬੈਠੀ ਤੀ, ਮਹਾਂ ਉਦੋਂ ਦੱਸ ਦਿੰਦੇ ਤੁਸੀਂ, ਫਿਰ ਪਹਿਲਾਂ ਪੁੱਛਣਾ ਸੀ ਕੁੜੀ ਨੂੰ ਵੀ ਭਾਈ ਬੋਲੀ ਨੀ ਫੁੱਟੀ ਨੀ, ਜੇ ਤੂੰ ਮਾਂ ਨਾਲ ਗੱਲ ਕਰਦਾ, ਜੇ ਭਾਈ ਤੁਸੀਂ ਕਹਿੰਦਾ ਮੈਂ ਪੁੱਤਾ ਪਤਾ ਨਹੀਂ
ਜੇ ਹੁਣ ਤੁਸੀਂ ਐਡਾ ਕਰਦੇ ਹੋ ਲੈ ਹੁਣ ਭਾਈ ਫਿਰ ਮੈਂ ਤੀਜੇ ਤੋਂ ਕਹੂੰ ਕੁੜੀ ਨੂੰ ਸੱਦੂ ਤੁਸੀਂ ਆ ਜਾਓ ਭਾਈ ਤੁਸੀਂ ਪਕਾ ਦਿਓ ਰੋਟੀਆਂ ਨਹੀਂ ਬਿਆਨ ਤਾਂ ਸਾਡੇ 12 ਚ ਨੱਚ ਨੱਚ ਕੇ ਜਾਂਦਾ ਸੀ ਸਾਨੂੰ ਸਰੀਕ ਸਰੀਕ ਕਰਦਾ ਸੀ ਆ ਜਾਓ ਭਾਈ ਆ ਜਾਓ ਓਏ ਉਹ ਗਲਤੀਆਂ ਹੋ ਜਾਂਦੀਆਂ ਨੇ ਉਹੀ ਮਨੁੱਖ ਤੋਂ ਗਲਤੀਆਂ ਹੋ ਜਾਂਦੀਆਂ ਨੇ ਫੇਰ ਕਿੱਡੀ ਕਰਨ ਵੇਲੇ ਵੀ ਮਨੁੱਖ ਨੂੰ ਸੋਚਣਾ ਚਾਹੀਦਾ ਤੂੰ ਰੱਬ ਬਣ ਜਾਂਦਾ ਨਾ ਭਾਈ ਅੱਡੀ ਗੱਲ ਆ ਛੋਡਾ ਮੁੰਡਾ ਲੈ ਤੁਸੀਂ ਕਰਾਓ ਰਿਸ਼ਤਾ ਤੁਸੀਂ ਲੱਗੋ ਮੂਰੇ ਅਸੀਂ ਕਿਉਂ ਕਰਾਈਏ ਤੂੰ ਤਾਂ ਪਿਆਰੇ ਦੇ ਹੱਥ ਤੇ ਚੜਿਆ ਫਿਰਦਾ ਭੈਣ ਮਰਾਵੇ ਪਿਆਰਾ ਦਾ ਤੂੰ ਲੱਗ ਭਾਈ ਮੂਰੇ ਦਾ ਨਹੀਂ ਕਰਾ ਰਿਸ਼ਤਾ ਅਸੀਂ ਤਾਂ ਚਾਚਾ ਸਰੀਕ ਆ ਹਾਂ ਅਸੀਂ ਤਾਂ ਸਰੀਕ ਆ ਉਹ ਗੱਲ ਤਾਂ ਮਨੁੱਖ ਤੋਂ ਹੀ ਹੁੰਦੀਆਂ ਨੇ ਬੌਲਾ ਨਹੀਂ ਬਣੀ ਦਾ ਹੁੰਦਾ ਮੰਨ ਲਓ ਉਹ ਤਾਂ ਸਾਨੂੰ ਸਾਡੀਆਂ ਜੜਾਂ ਚ ਦਾਤੀਆਂ ਫੇਰਦਾ ਸੀ ਉਹ ਭਾਈ ਚਲੋ ਹੁਣ ਤੂੰ ਸਾਨੂੰ ਕਹਿੰਦਾ ਰਿਸ਼ਤਾ ਚਲੋ ਭਾਈ ਜੇ ਮੈਂ ਕਰੀਆਂ ਨੇ ਬਾਪੂ ਗੁੱਤੀਆਂ ਨੇ ਹੈ ਤੁਸੀਂ ਲੱਗੋ ਮੂਰੇ ਲੱਗੋ ਮੂਰੇ ਕਿਉਂ ਆਪਾਂ ਕੁੜੀ ਨੂੰ ਤੰਗ ਕਰਦੇ ਉਹਨੂੰ ਮਨਸੋ ਨੂੰ ਆਪਾਂ ਕੋਈ ਨਹੀਂ ਮੂਰੇ ਲੱਗਣਾ ਇਹਨੇ ਪੀ ਕੇ ਫੇਰ ਉਹੀ ਮੂਹ ਤੋਂ ਉਹੀ ਕੁਝ ਕਰਨਾ ਹੈ ਉਹ ਕੌਣ ਉਹ ਬੋਲ ਮਿੰਟੂ ਗਿਆ ਹੈ ਫਲਾਣਾ ਆ ਪਹਿਲਾਂ ਜਿੰਮ ਨੂੰ ਕਹਿੰਦਾ ਬੁਲਾਇਆ ਨਾ ਕਰ ਉਹਨੂੰ ਮੈਂ ਹੁਣ ਮਾਰੀ ਰਹਿ ਇਹਦੀਆਂ ਹਰਕਤਾਂ ਥੋੜੀ ਜਾਂਦੀਆਂ ਨੇ ਭਾਈ ਚੱਲ ਪਹਿਲਾਂ ਕਿਹੜਾ ਆਪਾਂ ਨੂੰ ਕਹਿੰਦਾ ਨਹੀਂ ਮੈਨੂੰ ਉੱਥੇ ਬੇਲਾ ਚਕਾਇ ਕੇ ਗਿਆ ਤੀ ਕਹਿੰਦਾ ਤੂੰ ਭਾਨੀ ਮਾਰਦੀ ਹੈ ਉਹ ਭਾਈ ਤੂੰ ਹੀ ਤਾਂ ਉਹੀ ਅੱਡ ਹੋਣ ਵਾਲੀ ਆਪਦੇ ਢਿੱਡ ਚ ਰੱਖੀ ਚਾਚਾ ਤੂੰ ਹੁਣ ਉਹ ਚੱਲ ਭਾਈ ਕਦੇ ਨਹੀਂ ਸਮਝਿਆ ਵੀ ਬਗਾਨਾ ਓਏ ਮੈਂ ਮਾਫੀ ਮੰਗਦਾ ਮੇਰੀ ਗਲਤੀ ਆ ਲੈ ਤੁਸੀਂ ਕਰਾਓ ਰਿਸ਼ਤਾ ਕਰਾਓ ਕਰਾਓ ਬੰਗ ਬਲੇ ਮੇ ਸਾਰੇ ਨਿਕਲੇ ਪਏ ਕਰਾਓ ਰਿਸ਼ਤਾ ਕਰਾਓ ਭਾਈ ਹੁਣ ਤਾਂ ਬੰਗ ਬਲੇ ਸਾਰੇ ਚੱਲ ਨਿਕਲ ਗਏ ਭਾਈ ਮੈਂ ਮਾੜਾ ਹੋਰ ਕੀ ਆ ਲੈ ਮੈਂ ਮਾੜਾ ਫਿਰ ਤੂੰ ਸਿੱਧਾ ਹੋ ਕੇ ਕਹਿ ਵੀ ਰਿਸ਼ਤਾ ਕਰਾਓ ਹਾਂ ਰਿਸ਼ਤਾ ਕਰਾਓ ਫਿਰ ਤੂੰ ਆਹ ਪੱਟੀਆਂ ਨਵੇਂ ਤੋਂ ਨਵੀਆਂ ਕਿਉਂ ਪੜਦਾ ਲੈ ਕਰਾਓ ਤੂੰ ਕਰਾ ਭਾਈ ਨਾ ਨਹੀਂ ਲੱਗ ਮੂਰੇ ਰਿਸ਼ਤਾ ਨਵੇਂ ਤੇ ਨਵੇਂ ਨਾਲ ਤੇ ਕਹਿੰਦੇ ਚੋਰ ਨਾਲੇ ਚਿਤਰਾ ਚੱਲ ਕਰਾ ਦੇ ਭਾਈ ਕਰਾ ਦੇ ਕੱਲ ਤੇਰਾ ਮੁੰਡਾ ਕਰਾ ਦੇ ਕਰਾ ਦੇ ਹਾਂ ਹੁਣ ਮੈਂ ਤਾਂ ਸਮਝ ਨਹੀਂ ਸੀ ਵੀ ਮੇਰਾ ਮੁੰਡਾ ਪਰ ਤੇਰੇ ਮਨ ਚੋਂ ਖੋਟ ਨਹੀਂ ਜਾਂਦਾ ਭਾਈ ਮੈਂ ਸਾਨੂੰ ਆਪਦਾ ਸਮਝਦਾ ਹਾਂ ਭਾਈ ਮੈਂ ਤਾਂ ਰੋਟੀ ਦੀ ਲੋੜ ਆ ਰਾਣੀ ਮੈਂ ਤਾਂ ਰੋਟੀ ਦੀ ਲੋੜ ਆ ਭਾਈ ਕਰਾ ਦੇ ਮੇਰੇ ਨੂੰ ਤਾਂ ਤੂੰ ਐ ਦੇਖ ਲੱਗੋ ਮੂਰੇ ਸੂਰ ਮੰਗੂ ਲੱਗੋ ਓਏ ਫਿਰ ਵੀ ਸਮਝਦੇ ਵੀ ਮੇਰਾ ਆਪਣਾ ਜਵਾਕ ਹੈ ਨਾਲ ਮੈਨੂੰ ਚੱਲਾਂਗੇ ਉਹ ਜੋੜੇ ਲੈ ਕੇ ਆਵਾਂਗੇ ਕੋਈ ਨਾ ਉੱਥੇ ਲੈ ਤਾਂ ਟਾਈਮ ਜਾਂ ਨਹੀਂ ਹਜੇ ਉਹ ਤੂੜੀ ਦਾ ਕਰਨਾ ਮੜਾ ਜਾ ਚਕਾ ਦੂੰ ਮੈਂ ਤੂੜੀ ਹੈ ਰੱਖੋ ਪ੍ਰਭੂ ਦੇ ਡੋਰੀਆਂ ਹਾਂ ਲੈ ਆਪਾਂ ਰੋਜ ਦੇਖਦੇ ਆ ਇਹਨੂੰ ਇਹ ਤਾਂ ਮੂੰਹ ਤੇ ਕੁਛ ਹੋਰ ਹੈ ਮਗਰੋਂ ਹੋਰ ਹੈ ਤੇਰੇ ਕੋਲੇ ਹੋਰ ਹੈ ਮੇਰੇ ਕੋਲ ਆਪਾਂ ਇਹਨੂੰ ਜਾਣਦੇ ਨੀ ਕਰਵਾ ਦੇ ਇਹਨੂੰ ਰਿਸ਼ਤਾ ਸਰਦਾਰ ਨੂੰ ਪਾਲੇ ਸਮਾਨ ਬੈਗ ਚ ਪਾਲੇ ਮੈਂ ਤਾਂ ਕਰ ਲਈ ਤਿਆਰੀ ਸਾਰੀ ਫਿਰ ਐ ਕਰ ਇਹ ਹੋਈ ਤੂੰ ਤਾਂ ਲੰਘ ਜਾ ਅੱਛਾ ਮੈਂ ਆਪਦਾ ਡੰਗਰ ਪਸ਼ੂ ਵੇਚ ਕੇ ਹਨਾ ਆਪਣਾ ਹਰਨੇਕ ਨੂੰ ਪੈਸਾ ਧੀਲਾ ਦੇ ਕੇ ਜਿਹੜਾ ਦੇਣਾ ਉਹਦਾ ਹਿਸਾਬ ਕਿਤਾਬ ਨਿਬੇੜ ਕੇ ਮੈਂ ਆ ਜਾਊਂਗਾ ਬਾਅਦ ਚ ਠੀਕ ਹੈ ਆਹੋ ਕਿਰਨਾਂ ਨੂੰ ਕਰਤਾ ਮੈਨੇ ਫੋਨ ਕਰਤਾ ਆਹੋ ਉਹਨੂੰ ਨਾ ਕਿਰਨਾਂ ਨੂੰ ਕੁਛ ਨਾ ਦੱਸੀ ਜੇ ਪੁੱਛਣ ਲੱਗੂ ਕਿੱਥੇ ਜਾਂਦੇ ਕਹਿ ਮੱਥਾ ਟੇਕ ਉਹਨੇ ਕੁੜੀ ਨੂੰ ਲੈ ਜਾ ਉੱਥੋਂ ਠੀਕ ਹੈ ਸੀਰਾਂ ਨੂੰ ਠੀਕ ਹੈ ਠੀਕ ਉੱਥੋਂ ਲੈ ਜਾ ਤੁਸੀਂ ਲੰਘੋ ਫਿਰ ਮੈਂ ਆ ਜਾਊਂਗਾ ਕੱਤੇ ਦਿਨ ਚ ਠੀਕ ਹੈ ਕਿਰਨਾਂ ਕਰੀ ਨਾਲੇ ਮੇਰੀ ਕੋਈ ਨਾ ਕੋਈ ਨਾ ਰੋਟੀ ਟੁੱਕ ਤਾਂ ਮੈਂ ਆਪੇ ਬਣਾ ਲੂੰਗਾ ਕਿਸੇ ਦੇ ਖਾਏ ਗੁਰਦੁਆਰੇ ਜਾਈਏ ਨਾਲੇ ਮੱਥਾ ਟੇਕੇ ਉੱਥੇ ਲੰਗਰ ਚੱਲ ਰਿਹਾ ਉੱਥੇ ਖਾਏ ਮੈਂ ਚੀਜ਼ਾਂ ਮੈਂ ਕਰਤਾ ਸੌਦਾ ਚੜਾ ਦੂੰਗਾ ਅੱਜ ਜਿਹੜੇ ਪੈਸੇ ਬਟਣਗੇ ਅੱਛਾ ਉਹਨੂੰ ਦੇਵਾਂਗਾ ਚੱਲ ਵਧੀਆ ਆਹੋ ਜ਼ਮੀਨ ਜਮਾਂ ਕਰ ਲਈ ਤੀ ਗੱਲ ਗੇਲੇ ਨਾਲ ਠੇਕੇ ਤੇ ਦੇਦਾ ਆਹੋ ਉਹਨੂੰ ਦੇ ਦੂੰਗਾ ਠੇਕੇ ਤੇ ਠੀਕ ਹੈ ਉਦੋਂ ਵੀ ਪੈਸੇ ਫੜ ਲੈਣਾ ਪਿਆਰਾ ਹੈ ਤੀ ਮੈਂ ਤੁਹਾਨੂੰ ਕਿਹਾ ਮਹਾਂ ਭਾਈ ਜੇ 2-2.5 ਲੱਖ ਚ ਬਣਦਾ ਹਰਨੇਕ 2-2.5 ਲੱਖ ਤੇ ਦਿੰਦਾ ਗੱਲ ਨਿਬੇੜ ਪਿਆਰਾ ਕਹਿੰਦਾ ਇੰਨੇ ਚ ਬਣਦਾ ਨੀ ਮਹਾਂ ਚੱਲ ਭਾਈ ਜਿੰਨੇ ਚ ਬਣਦਾ ਮਨਾ ਲਾ ਮਨਾ ਲਾ ਕਿਤੇ ਦੇਖੂ ਸਾਡੇ ਗੱਲ ਨੂੰ ਨਾ ਪੈ ਜੇ ਫਾਹਾ ਭਾਈ ਕਿਤੇ ਸਾਨੂੰ ਜ਼ਮੀਨ ਵੇਚਣੀ ਪੈ ਜੇ ਕਿਤੇ ਸਾਨੂੰ ਸਾਰਿਆਂ ਨੂੰ ਸਪਰੇਅ ਵੀ ਨੀ ਪੈ ਜੇ ਕੋਈ ਪਤਾ ਨੀ ਇੰਨਾ ਕਰਜ਼ਾ ਚੜ੍ਹ ਜੂਗਾ ਨਾ ਨਾ ਜ਼ਮੀਨ ਤਾਂ ਆਪਣਾ ਪੁੱਤ ਹੈ ਮੈਂ ਉਹਨੂੰ ਇਹ ਕਹਿਤਾ ਮਹਾਂ ਭਾਈ 2 ਸਾਲ ਦਾ ਠੇਕਾ ਦੇ ਦੇ ਗੇਲੇ
ਮਹਾਂ 2 ਸਾਲ ਤੋਂ ਬਾਅਦ ਮੈਨੂੰ 2 ਸਾਲ ਦਾ ਠੇਕਾ ਦੇ ਦੇ। ਠੀਕ ਹੈ, ਆਪਾਂ 2.5 ਸਾਲ ਬਾਅਦ ਵਾਪਸ ਆਵਾਂਗੇ, ਪਹਿਲਾਂ ਨਹੀਂ ਆਉਂਦੇ ਉਰੇ। ਆਹੋ ਠੀਕ ਹੈ, ਕੱਲ ਠੰਡੀ ਪੈ ਜੂ ਨਾਲੇ ਤੈਨੂੰ। ਹਾਂ ਹਾਂ, ਟਿਕਟ ਕਿਉਂ ਹੋ ਜੂ ਸਾਰਾ? ਆਹੋ ਠੀਕ ਹੈ, ਚੰਗਾ ਤੂੰ ਲੰਘ, ਤੂੰ ਐਂ ਕਰੀ ਉੱਥੋਂ ਪੈਸੇ ਲੈ ਜੀ, ਸ਼ੀਸ਼ੇ 'ਚ ਪਿਆ ਮੇਰਾ ਬਟੂਆ। ਚੰਗਾ ਠੀਕ, ਜੋ ਕੱਢਣੀ ਮੈਂ ਆ ਜੂੰਗਾ, ਮੇਰੀ ਫਿਕਰ ਨਾ ਕਰਿਓ। ਕਿਸੇ ਦਿਨ ਦਿਖਾ ਤੇ ਮਾੜੀ ਲਾ ਦਿੰਦੇ, ਸਾਲਾ ਘਰ ਛੱਡ ਕੇ ਜਾਣਾ ਪੈ ਰਿਹਾ। ਅੱਜ ਕਿਹੜੇ ਹੁੰਦੇ ਨੇ, ਕਿਹੜੇ ਹੁੰਦੇ ਨੇ ਮਹਾਂ ਕੱਖ ਅੱਜ ਕੱਲ ਕੌਣ ਹੈ ਪਿਆਰਾ? ਆਹਾ ਓਏ, ਕੀ ਹਾਲ ਹੈ? ਵਧੀਆ, ਲੈ ਲਈ ਆਪਾਂ ਇਹ। ਅੱਛਾ, ਹਾਂ ਕਿਵੇਂ ਆ? ਵਧੀਆ, ਹਾਲਤ ਕਿਵੇਂ ਆ? ਹਾਲਤ ਠੀਕ ਆ, ਮੈਂ ਕਿਹੜਾ ਜਾਣਦਾ। ਵਧੀਆ ਵਧੀਆ, ਚੀਜ਼ ਬਣ ਗਈ। ਆ ਜਾ ਬਾਈ, ਜਾ ਇੱਧਰ ਵੀ ਆ ਜਾ। ਕਿੱਧਰ ਆ? ਹਾਂ ਦੀ ਆ ਜਾ, ਹਾਂ ਦੀ। ਤੁਰ ਕੇ ਆਉਣਾ ਮੈਂ? ਨਹੀਂ ਨਹੀਂ, ਤੁਰ ਕੇ ਕਿਉਂ ਬੈਠਾ ਜਾ, ਵਿੱਚੋਂ ਦੇਖ ਲਾ ਬਾਈ। ਆ ਜਾ, ਹਾਂ ਦੀ ਆ ਜਾ। ਕਿੰਨੇ ਦੀ ਪੈ ਗਈ ਇਹ? ਆ ਜਾ ਬਾਈ, ਜਾ ਪਹਿਲਾਂ। ਕੀ ਪਾ ਪੈ ਗਈ? ਪਹਿਲਾਂ ਚੱਕ ਡੱਬਾ। ਅੱਛਾ, ਹਾਂ ਨਮਸਕਾਰ ਕਰ ਲੈ। ਨਮਸਕਾਰੀ ਆ? ਹਾਂ, ਇਹ ਤਾਂ ਆਪਾਂ ਨੂੰ ਐਂ ਹੋ ਗਈ ਗੱਲਬਾਤ ਆ। ਹਾਂ, ਆਪਾਂ ਕਰਿਆ ਤੀ ਕੰਮ ਭਿੱਖੀ। ਹਾਂ ਹਾਂ, ਤੇ ਉਹ ਕੰਜਰ ਦਾ ਜਿਹਦੇ ਕੰਮ ਕਰਿਆ ਸੀਗਾ, ਉਹ ਉਈ ਮਤਲਬ ਬੰਦਾ ਗਿੱਲਾ ਵਾਲਾ ਤੀ ਆਪਦੇ ਜਾਣ ਚ ਤਾਂ, ਪਰ ਉਈ ਨਿਕਲ ਗਿਆ ਬੰਦਾ, ਉਹਦਾ ਭੈਣਾ ਝੁੱਗਾ ਚੱਕ ਕੇ ਉਹਦਾ ਆਪਾਂ ਕੰਮ ਕੁੰਮ ਕਰਿਆ। ਮੈਂ ਕਿਹਾ ਮੈਂ ਤਾਂ ਨੀ ਪੈਸੇ ਜਾਣ ਦਿੰਦਾ, ਕਰਦੇ ਕਰਾਉਂਦੇ ਸਾਡਾ ਐਂ ਚ ਨਿਬੜ ਗਿਆ ਫਿਰ। ਠੰਡ ਜਮਾਣੀ ਲੱਗੀ। ਖੜ ਜਾ, ਦੇਖ ਚਲਾਉਣੀ ਹੈ? ਨਾ ਨਾ, ਮੈਨੂੰ ਤਾਂ ਨੀ ਆਉਂਦੀ। ਵੱਡਾ ਪਰਾ ਕਰ ਮਾੜਾ ਜਾ। ਕੰਮ ਆਇਆ ਸੀ ਕੋਈ? ਹਾਂ ਤੇਰੇ ਕੋਲ ਹੀ ਆਇਆ ਸੀ। ਇੱਕ ਤਾਂ ਲੌਂਗੋਵਾਲ ਚੱਲ ਕੇ ਆਉਣਾ ਆਪਾਂ। ਲੌਂਗੋਵਾਲ ਕੀ ਕਰਾਂਗੇ? ਠੰਡਾ ਠੰਡਾ, ਕੋਈ ਨਾ, ਹਟ ਜਾ, ਬੰਦ ਕਰ ਦੇ ਨੂੰ ਆਪਾਂ। ਕਰ ਦੇ, ਆ ਜਾ ਲੈ ਚੱਕ। ਇੰਜਣ ਉਂਜਣ ਇਹਦਾ ਗੇਅਰ ਗੂਰ ਸਾਰਾ ਓਕੇ ਆ। ਡੱਬਾ ਬਾਹਰ ਲਓ, ਆ ਡੱਬਾ ਡੱਬਾ। ਲੌਂਗ ਵਾਲ ਅੱਜ ਹੀ ਜਾਣਾ? ਹਾਂ ਅੱਜ ਹੀ ਜਾਣਾ। ਕੀ ਕੰਮ ਪੈ ਗਿਆ ਉੱਥੇ? ਖੜਦ ਸੀਸਾ ਚੜਨਾ। ਤਬਾਉਣ ਵਾਲੀ ਆ ਉਹ ਪੈਰੇ? ਹੈਂ, ਤਬਾਉਣ ਵਾਲੀ ਆ? ਗੱਡੀ ਬਾਲੀ ਚੱਲੀ ਲੱਗਦੀ ਆ। ਨਾ ਨਾ, ਇਹ ਤਾਂ ਖੜੀ ਹੁੰਦੀ, ਜ਼ਿਆਦਾ ਨਹੀਂ ਚੱਲੀ ਹੋਈ ਹੈਗੀ ਇਹ। ਐਵੇਂ ਕਹਿੰਦੀ ਆਪਾਂ, ਉਹ ਕੋਈ ਨਾ ਮਾੜਾ ਮੋਟਾ ਹੱਥ ਫਿਰਾ ਦਾਂਗੇ, ਤਬਾ ਦਾਂਗੇ। ਆ ਜਾ ਰੋਟੀ ਖਾ ਲਾ, ਜੋੜੇ ਦਵਾ ਲਿਆ ਤੇਰੇ ਵਾਲੇ ਬੂਟ ਪਾਈ ਫਿਰਦਾ, ਮਨ ਭਰੀ ਫਿਰਦਾ। ਕੋਈ ਨਾ ਕੋਈ ਨਾ, ਆਪੀ ਸਮਝ ਜੂਗਾ ਹੌਲੀ ਹੌਲੀ। ਹੈ ਹਲੇ ਨਿਆਣਾ ਗਾ, ਜਿੰਨਾ ਲੁੱਚਾ ਬਣੂ ਬੰਦਾ। ਕਹਿੰਦੇ ਉਹ ਨੀ ਸੁਣੀ
ਦੇਣਾ ਲੈਣਾ ਆ ਜਾਂਦਾ ਹੋਰ ਹੁਣ ਤੂੰ ਲਾ ਲਾ ਕੁੜੀ ਦੇਖ ਲੈ ਏਡੀ ਸੋਹਣੀ ਸੁਣੱਖੀ ਪਰ ਅਕਲ ਤੇ ਉਹਦਾ ਕਹਿਣਾ ਉਹੀ ਭਾਂਡਾ ਮੁੱਦਾ ਵੱਜਿਆ ਚੱਟਣਾ ਭਾਈ ਜਦੋਂ ਭੈਣ ਦੇ ਖਸਮ ਦਾ ਕੋਈ ਸਾਡੀ ਲਾਗਤ ਹੋ ਗਈ ਸੀ ਬਾਲੀ ਗੱਲ ਤਾਂ ਕਰਦੇ ਤੇਰੇ ਨਾਲ ਮੈਂ ਉਹੀ ਕਰਨਾ ਹੈਗਾ ਉਹ ਤਾਂ ਠੀਕ ਆਪਣਾ ਤੇਰੇ ਨਾਲ ਕੀ ਨਿਕਿਆ ਨਿਬੜ ਨੜਬਈਆ ਹੋ ਗਿਆ ਚੱਲ ਹੈਨਾ ਤੇਰੇ ਨਾਲ ਵੀ ਘਰ ਬਣਿਆ ਹੋਇਆ ਉਦੋਂ ਵੀ ਨਹੀਂ ਕਦੇ ਭੱਜਿਆ ਹੈ ਮੈਂ ਹੁਣ ਵਿਚਾਲੇ ਫਸ ਗਿਆ ਦੇਖ ਐਂ ਆ ਚਲੋ ਤੁਹਾਡਾ ਤਾਂ ਕਿਵੇਂ ਨਾ ਕਿਵੇਂ ਫਿਰ ਵੀ ਸਰੇ ਜਾਓ ਉਹਦੇ ਨਾਲ ਜ਼ਿਆਦਾ ਕੁ ਸੱਟ ਹੋਈ ਆ ਇੱਕ ਤਾਂ ਕੁੜੀ ਨੇ ਸਿਰ 'ਚ ਖੇ ਪਾਤੀ ਦੂਜਾ ਭਾਈ ਊਂ ਪੈਸੇ ਟੱਕਿਓ ਪਾਸੋਂ ਹੈ ਸਾਡੇ ਨਾਲ ਕੀ ਘੱਟ ਹੋਈ ਆ ਯਾਰ ਪਰ ਉਹੀ ਐਂ ਨਹੀਂ ਮੈਂ ਕਹਿੰਦਾ ਖਰ ਦੇਖ ਮਾੜੀ ਤਾਂ ਦੋਵਾਂ ਨਾਲ ਹੋਈ ਐਂ ਨਹੀਂ ਮੈਂ ਕਹਿੰਦਾ ਦੇਖ ਹੁਣ ਪਰ ਜਿਹੜੀ ਧੀ ਧਣੀ ਦੀ ਇੱਜ਼ਤ ਹੁੰਦੀ ਹੈ ਤੇਰੇ ਨਾਲ ਕਿਹਾ ਨਿੱਕੇ ਉਹ ਥੋੜ੍ਹੀ ਜਿਹੀ ਜ਼ਿਆਦਾ ਜਿਹੜੇ ਤੇਰੀ ਲਾਗਤ ਲੱਗੀ ਆਪਾਂ ਮੋੜ ਦਾਂਗੇ ਪਰ ਐ ਜਿਹੜਾ ਹੁਣ ਆਪਣਾ ਹਰੀ ਹੈ ਕੀਲੀ ਤਾਂ ਉਹਦੇ ਕੋਲ ਡੂੜ ਆ ਸਾਰੀ ਹੈ ਗਿੱਲ ਗੁੱਲ ਵਾਲਾ ਬੰਦਾ ਨੀ ਹੈਗਾ ਐਵੇਂ ਕਹੀ ਜਾਵੇ ਤੈਨੂੰ ਕਿਤੇ ਇੱਕ ਹੋਰ ਕੁੜੀ ਆ ਭਾਈ ਉਹਦਾ ਵੀ ਹੁਣੇ ਹੈ ਡੰਮਾ ਕੀ ਕਰਦੇ ਹੁੰਦੇ ਮੱਥਣਾ ਮੁੱਥਣਾ ਕੀ ਹੁੰਦਾ ਉਹ ਭਾਈ ਹੈ ਪਰ ਹਾਂ ਐ ਹੋ ਜਾਂਦਾ ਪਰ ਐ ਹੈਗਾ ਦੇਖ ਜੇ ਤੂੰ ਨੇਕਿਆ ਥੋੜ੍ਹਾ ਜਿਹਾ ਪਿੱਛੇ ਪੈਰ ਪਛਾਹ ਕਰ ਲੈ ਥੋੜ੍ਹਾ ਜਿਹਾ ਭਾਈ ਚੱਲ ਉਹ ਗਾਹਾਂ ਉਹ ਕਰ ਲੈਣਗੇ ਐ ਮੇੜਾ ਕਰ ਤਾਂ ਵਧੀਆ ਹੈ ਮੇਰਾ ਤਾਂ ਲੱਗ ਹੀ ਬੜਾ ਗਿਆ ਕਿੰਨਾ ਲੱਗ ਲੱਖ ਯਾਰ ਮੈਂ ਭੈਣ ਹਫ਼ਤਾ ਪਹਿਲਾਂ ਆ ਗਿਆ ਤੀ ਵਿਆਹ 'ਚ ਹਫ਼ਤਾ ਬਾਅਦ 'ਚ ਗਿਆ ਯਾਰ ਤੂੰ ਨੇ ਕਿਉਂ ਬੋਲੀਆਂ ਗੱਲਾਂ ਕਰਦਾ ਊਂ ਤਾਂ ਜਦਾ ਕਹਿਣਾ ਊਂ ਕਿਸੇ ਗਰੀਬ ਦਾ ਗੱਲ ਮੁੱਛਣਾ ਬਈ ਮੋਸੇ ਆਉਣਿਆ ਆ ਜਾ ਮੈਂ ਕਦੋਂ ਕਹਿਣਾ ਯਾਰ ਫੇਰ ਯਾਰ ਰੁਪਈਆ ਤਾਂ ਤੇਰਾ ਨੇ ਕਿਹਾ ਸਾਰਾ 2.5 ਲੱਖ ਲੱਗਿਆ ਮੈਂ ਵਿੱਚਤੀ ਆ ਯਾਰ ਕਿਉਂ ਲੱਗਿਆ 2.5 ਲੱਖ ਰੱਬ ਨੂੰ ਜਾਣ ਦੇਣੀ ਯਾਰ ਵੀ 8 ਲੱਖ ਲੱਗਿਆ 8 ਕਿੱਥੇ ਲੱਗਿਆ ਉਈ ਮਰੀ ਜਾਂਦਾ ਯਾਰ ਕਿਹੜੇ ਭੈਣਾ ਪੈਂਡਲ ਪਾਤੇ ਤੈਂ ਮੈਂ ਵਿੱਚ ਹੀ ਨਹੀਂ ਤੀਗਾ ਉਹ ਵੀ ਉਹ ਲੱਗਿਆ ਜਿਹੜਾ ਤੁਸੀਂ ਨੱਚਦੇ ਨੱਚਦੇ 2-2 ਹਜ਼ਾਰ ਦੇ ਨੋਟ ਤੈਂ ਮੇਰੀ ਗੱਲ ਸੁਣ ਤੇਰਾ ਨਾ ਮੇਰਾ ਰੁਪਈਆ ਤੈਨੂੰ ਮੈਂ 3 ਲੱਖ 3.5 ਲੱਖ ਨਾ 4 ਤਾਂ ਦਵਾਂ ਲੈ ਦੇਖੋ ਯਾਰ ਉਹੀ ਗੱਲਾਂ ਮੈਂ ਭਾਜਾ ਵਿਚਾਲੇ ਨਾ ਤੂੰ ਮੈਨੂੰ ਕੁਛ ਦਿੱਤਾ ਇੱਕ ਡੱਬਾ ਦੇ ਕੇ ਉਹਨੇ ਸਾਰਤਾ ਮੈਂ ਵਿਚਾਲੇ ਉਈ ਬੋਈਆ ਤੜਾਉਂਦਾ ਫਿਰਦਾਗਾ ਦੱਸ ਹੈ ਤੂੰ ਕੋਈ ਆ ਤਾਂ ਸਹੀ ਹੁਣ ਯਾਰ ਕਿਸੇ ਗੱਲ 'ਤੇ ਤੂੰ ਐਂ ਕਾਹਤੋਂ ਕਰਦਾ ਹੁੰਦਾ ਗਾ ਯਾਰ ਰਿਸ਼ਤੇ ਦੀ ਕੀ ਗੱਲ ਆ ਕੋਈ ਨਾ ਆਪਣੇ ਵਾਲੇ ਸ਼ੋਹਰ ਜੇ ਨੂੰ ਮਹੀਨਾ ਨਹੀਂ ਪੈਣ ਦਿੰਦਾ ਲੈ ਮੈਂ ਨਾ ਹੁਣ ਤਾਂ ਅਸੀਂ ਹਜੇ ਤਾਂ ਲੈਂਦੇ ਨਹੀਂ ਹੈ ਹਜੇ ਤਾਂ ਰੁਕਾਂਗੇ ਫਿਰ ਤੂੰ ਮੇਰੀ ਗੱਲ ਸੁਣ ਨੇ ਕਿਹਾ ਸਿਆਣਾ ਬਣੀ ਦਾ ਆਪਾਂ ਵੀ ਧੀਆਂ ਹਨਾ ਧੀਆਂ ਪੁੱਤਾਂ ਵਾਲਿਆਂ ਰੁਪਈਆ ਤੂੰ 3 ਲੱਖ 3.5 ਲੱਖ 'ਚ ਮੰਨ ਜੀ ਬਸ ਚੱਲ ਦੇਖ ਲਾਂਗੇ ਦੇਖਣਾ ਕੀ ਹੈ ਹੁਣ ਮੈਂ ਕਹਿ ਦਿੰਦਾ ਅਗਲੇ ਨੂੰ ਹੀਲਾ ਵਸੀਲਾ ਕਰ ਲੈਣਗੇ ਬਸ ਹੁਣ ਤੂੰ ਪੱਕਾ ਰਹੀ ਗੱਲ ਤੇ ਚੱਲਣਾ ਫਿਰ ਲੌਂਗੋਵਾਲਾ
ਵਗ ਚੱਲਾਂਗੇ। ਹਾਂ ਚੱਲਦੇ ਫਿਰ। ਮੁੰਡਾ ਕਹਿੰਦੇ ਯਾਰ ਉਹ 'ਚ ਲੱਗਿਆ ਹੋਇਆ ਫੂਡ ਇੰਸਪੈਕਟਰ ਹੈ ਗੁਰਪ੍ਰੀਤ ਨਵਾਂ ਮੁੰਡੇ ਤੇ ਪੱਗ ਬੰਨਦਾ ਸੋਹਣਾ ਮੁੰਡਾ ਹੈਗਾ। ਕਿੰਨਾ ਦਾ? ਦਰਜੀਆਂ ਦਾ। ਤੂੰ ਰਿਸ਼ਤਾ ਕਰਾਉਣਾ? ਹਾਂ ਮੈਂ ਰਿਸ਼ਤਾ ਕਰਾਉਣਾ ਗਾ। ਗੁਰਪ੍ਰੀਤ ਆ ਮੁੰਡੇ ਦਾ ਨਾਂ। ਆਹੋ ਹਾਂ ਕੁੜੀ ਨੇ ਵੀ ਉਹ ਕਰਿਆ ਹੋਇਆ ਕਹਿੰਦੇ ਕੋਰਸ। ਯਕੀਨ ਰਿਹਾ ਨਹੀਂ ਅੱਜ ਕੱਲ ਤਾਂ ਜਦੋਂ ਕਹਿੰਦੇ ਬੰਦੇ ਨਾਲ ਬਣ ਜੇ ਕਾਹਨੂੰ ਅਸਲ 'ਚ ਜਿਹੜੇ ਵਿਸ਼ਵਾਸ ਕਰ। ਮੈਂ ਤਾਂ ਇੱਕ ਚੀਜ਼ ਹੋਰ ਸੋਚੀ ਆ ਹੁਣ ਮੈਂ ਕਿਹਾ ਲਿਆਜਦਾਰੀ 'ਚ ਕਦੇ ਰਿਸ਼ਤਾ ਨਾ ਕਰਾਂ। ਮੇਰੇ ਪਿਆਰੇ ਮੈਂ ਤਾਂ ਲੁੱਚਾ ਬਣੂ ਹੁਣ ਪੂਰਾ ਬਥੇਰਾ ਵਿਸ਼ਵਾਸ ਕਰ ਕਰ ਦੇਖ ਲਿਆ ਲੋਕਾਂ ਤੇ। ਮੈਂ ਤਾਂ ਲੁੱਚਾ ਬਣ ਕੇ ਟਾਈਮ ਟਪਾਊ ਹੁਣ। ਬਈ ਲੁੱਚਿਆ ਨਹੀਂ ਜ਼ਮਾਨਾ। ਮੈਂ ਤਾਂ ਦੇਖ ਲਿਆ ਪਤਾ ਲਿਹਾਜ਼ਦਾਰੀ 'ਚ ਤੂੰ ਉਧਰੋਂ ਲਿਹਾਜ਼ ਵਾਲਾ ਹਰੀਆ ਵਾਲਾ ਤੂੰ ਕਾ ਮੇਰਾ ਕੁੱਟ ਗਿਆ ਵਿੱਚੋਂ। ਚੰਗੋ ਕਹਿੰਦੀ ਮੇਰੀ ਕੁੜੀ ਨੇ ਪੇਪਰ ਦੇਣਾ ਕਹਿੰਦੀ ਕਹਿੰਦੀ ਹਰਨੇ ਕੇ ਪੈਸੇ ਦੇ ਦੀ ਮੈਂ ਦੇਤਾ ਓਏ 40 ਕਿਤੇ ਪਾਤਾ 20 ਕਿਤੇ ਪਾਤਾ ਹੁਣ ਉਹੀ ਜੰਗੋ ਆ ਫੋਨ ਨਹੀਂ ਚੱਕਦੀ। ਮੈਂ ਜੇ ਮੈਂ ਲੁੱਚਾ ਹੁੰਦਾ ਤੂੰ ਮਹਾਂ ਮੇਰੇ ਨਾਲ ਕਰ ਲਈ ਕਰ ਦਿੱਤੀ ਹੁਣ ਫੋਨ ਨਹੀਂ ਚੱਕਦੀ ਮੈਂ ਨਿਬੜੂ। ਹਾਂ ਸੰਗਰੂਰ ਭੈਣ ਦਾ ਕੋਰਟ 'ਚ ਭੇਜਾਂਗੇ ਸਾਹਮਣੇ। ਠੀਕ ਹੈ ਠੀਕ ਹੈ ਨਿਬੜਾਂਗੇ।